बंदन पग पंकज बंदन सिमरो अंगद दोख निकंदन अमरदास गोर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह विशाला तरो तरा पर पुन पुन सीसा पुन पुन सीसा बंद हो बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदत बंदों कर अनुराग एक अंकारा सतगुरु तेह प्रसाद सच हो वाहे गुरु जी की फतेह विघ्न विनाशन सोए धन धन सच्चे पातशाह गरीब नवाज कृपा निदान अंतर जामी लोक परलोक विच रख्या करन वाले राखे सतगुरु गरीब नवाज मेरा सतगुर रखवाला हुआ हजूर गरीब नवाज सच्चे पातशाह अंतर जामी सतगुरु अंतर जामी हाजरा हजूर जहरा जहूर सर्ब कला भरपूर मुकत भुगत जुगत दे दाते धन धन सतगुरु गरीब नवाज धन धन सतगुरु श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्यार नाल सब संगतां दोवें हाथ जोड़ के गज के कहो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज हर संगत जी आप जी बड़े प्यार नाल सतगुरु जी की हाजरी विच सज के बैठे हो जिथे आप सब संगत आए हो उथे सत्कारयोग माता गुरजीत कौर जी ते उन्हां दा परिवार स्पेन तो जो स्पेन विच रहिंदे है उथे गुरु साहिब जी की पवित्र कथा सुनदे ने वह आए ने उन्हां नूं भी जी आया नूं सतगुरु सच्चे पातशाह मेहर करन कृपा करन सारियां संगतां दा आया होया गुरु जी सफला करन ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਥਾ ਸੰਗਤਾਂ ਬੜੇ ਪਿਆਰ ਨਾਲ ਹਰ ਰੋਜ਼ ਸਰਵਣ ਕਰਦੀਆਂ ਨੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਦੱਸਿਆ ਭਾਈ ਕਲਯੁੱਗ ਦੇ ਸਮੇਂ ਦੇ ਵਿੱਚ ਬੰਦੇ ਦੀ ਉਮਰ ਬੜੀ ਥੋੜ੍ਹੀ ਹੈ ਵੇਖਿਆ ਜਾਵੇ 100 ਸਾਲ ਬਹੁਤੀ ਉਮਰ ਨਹੀਂ ਹੈਗੀ ਜੀ ਉਮਰ ਬੜੀ ਥੋੜ੍ਹੀ ਹੈ ਹੁਣ ਕਲਯੁੱਗ ਵਿੱਚ ਕੋਈ ਵਿਰਲਾ ਵਿਰਲਾ ਹੈ ਜਿਹਦੀ ਉਮਰ ਬਹੁਤੀ ਲੰਬੀ ਹੋਏਗੀ ਜੀ ਧੰਨ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਦੀ 125 ਸਾਲ ਦੀ ਉਮਰ ਸੀਗੀ ਜੀ
ਬਾਬਾ ਬੀਰਮ ਦਾਸ ਜੀ ਦੀ 321 ਸਾਲ ਦੀ ਉਮਰ ਸੀਗੀ ਜੀ। ਸਾਈਂ ਬੁੱਢਣ ਸ਼ਾਹ ਜੀ ਦੀ 400 ਸਾਲਾਂ ਦੇ ਲਗਭਗ ਉਮਰ ਸੀਗੀ ਜੀ। ਇਹ ਤਾਂ ਉਂਗਲਾਂ 'ਤੇ ਗਿਣੇ ਜਾਣ ਵਾਲੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੀਆਂ ਲੰਮੀਆਂ ਉਮਰਾਂ ਨੇ, ਉਹ ਉਂਗਲਾਂ 'ਤੇ ਗਿਣੇ ਜਾਣ ਵਾਲੇ ਨੇ। ਅਤੇ ਸਾਧ ਸੰਗਤ ਜੀ ਬਹੁਤ ਸਾਰੇ 100 ਤੋਂ ਤੱਕ ਮਾਹਾਂ ਹੀ ਪਹੁੰਚਦੇ ਆ ਜੀ। ਕੋਈ ਪਤਾ ਹੀ ਨਹੀਂ ਹੈ ਬੰਦੇ ਨੂੰ, ਬੰਦੇ ਨੇ ਕਿਹੜੇ ਵਕਤ ਚਾਲਾ ਮਾਰ ਜਾਣਾ ਹੈ ਜੀ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਭਾਈ ਕਲਯੁੱਗ ਦਾ ਸਮਾਂ ਹੈ, ਉਮਰ ਬੜੀ ਥੋੜ੍ਹੀ ਹੈ, ਉਹੋ ਹੀ ਬੰਦਾ ਧੰਤਾ ਯੋਗ ਹੈ, ਉਹੋ ਹੀ ਮਹਾਨ ਹੈ ਜਿਹਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਤਿਕਾਰਯੋਗ ਮਾਤਾ ਗੁਰਜੀਤ ਕੌਰ ਜੀ, ਇਹਨਾਂ ਦਾ ਜਿਹੜਾ ਪਿੰਡ ਹੈ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦਾ ਜਨਮ ਨਗਰ ਹੈ ਜੀ, ਉਹ ਜਿਸ ਪਿੰਡੋਂ ਇਹ ਆਏ ਹੈ। ਅਤੇ ਤੁਸੀਂ ਹਿਸਾਬ ਲਾਓ, ਉਹਨਾਂ ਮਹਾਂਪੁਰਖਾਂ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ, ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੀ ਪੂਜਾ ਹੁੰਦੀ ਹੈ ਜੀ, ਲੋਕ ਜਾਣਦੇ ਹੈ। ਉਸੇ ਪਿੰਡ ਦੇ ਹੋਰ ਵੀ ਬੜੇ ਲੋਕ ਜੰਮੇ ਹੋਣਗੇ ਉਸੇ ਪਿੰਡ ਵਿੱਚ, ਪਰ ਕਿਸੇ ਦਾ ਨਾਮ ਨਹੀਂ ਪਤਾ। ਕਈ ਬੁੱਢੇ ਜੰਮ ਕੇ ਮਰ ਗਏ ਜੀ, ਕੀ ਪਤਾ ਜੀ ਉੱਥੇ। ਪਰ ਜਿਨ੍ਹਾਂ ਨੇ ਨਾਮ ਜਪਿਆ, ਲੋਕ ਜੈ ਜੈਕਾਰਾਂ ਕਰਦੇ ਜੀ, ਉਹਨਾਂ ਦੀਆਂ ਜੈ ਜੈਕਾਰਾਂ ਕਰਦੇ। ਮੈਨੂੰ ਦੱਸ, ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀਗਾ, ਇਹਨਾਂ ਨੇ ਦੱਸਿਆ ਵੀ ਜਿਸ ਥਾਂ 'ਤੇ ਮਹਾਂਪੁਰਖਾਂ ਦਾ ਜਿਸ ਘਰ ਵਿੱਚ ਜਨਮ ਹੋਇਆ, ਅੱਜ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੈ ਜੀ। ਹੱਦ ਹੋ ਗਈ ਜੀ, ਸਿੱਖ ਨੇ ਵਾਹਿਗੁਰੂ ਜੀ ਦਾ ਨਾਮ ਜਪਿਆ ਅਤੇ ਗੁਰੂ ਸਾਹਿਬ ਨੇ ਇੰਨੀ ਵੱਡੀ ਵਡਿਆਈ ਦੇ ਦਿੱਤੀ, ਜਿੱਥੇ ਉਹਦਾ ਜਨਮ ਹੋਇਆ ਉੱਥੇ ਗੁਰੂ ਦਾ ਘਰ ਬਣ ਗਿਆ ਜੀ ਪੱਕਾ ਜੀ। ਇਹ ਕਿਤੇ ਛੋਟੀ ਗੱਲ ਹੈ? ਇਹ ਕਿਹਦੀ ਤਾਕਤ ਹੈ? ਇਹ ਭਜਨ ਦਾ ਪ੍ਰਤਾਪ ਹੈ ਸਾਰਾ, ਇਹ ਨਾਮ ਦੀ ਤਾਕਤ ਹੈ। ਉਹਨਾਂ ਨਾਮ ਜਪਿਆ ਅਤੇ ਸਾਧ ਸੰਗਤ ਤੁਸੀਂ ਵੇਖੋ, ਉਹਨਾਂ ਦੇ ਜਨਮ ਥਾਂ 'ਤੇ ਹੀ ਗੁਰਦੁਆਰਾ ਬਣ ਗਿਆ ਜੀ। ਨਾਮ ਵਿੱਚ ਬੜੀ ਤਾਕਤ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਬੀਬੀ ਨੇ ਕੀਤੀ ਦਇਆ ਸ਼ਿਕਾਰੀ 'ਤੇ, ਸ਼ਿਕਾਰੀ ਨੂੰ ਛਡਾ ਦਿੱਤਾ, ਉਹਨੇ ਭਜਨ ਕੀਤਾ, ਉਹਨੇ ਨਾਮ ਜਪ ਲਿਆ ਜੀ। ਸ਼ਿਕਾਰੀ ਨੇ ਭਜਨ ਕੀਤਾ, ਜਿਹੜਾ ਰਾਜਾ ਉਹਨੂੰ ਸਜ਼ਾ ਦੇ ਰਿਹਾ ਸੀ ਉਸੇ ਰਾਜੇ ਨੇ ਉਹਨੂੰ ਗੁਰੂ ਬਣਾ ਲਿਆ ਜੀ। ਨਾਮ ਦੀ ਤਾਕਤ ਜੀ। ਉਹਦੇ ਤੋਂ ਬਾਅਦ ਤੁਸਾਂ ਸੁਣਿਆ ਸਾਧ ਸੰਗਤ ਜੀ, ਬਿਕਰਮਜੀਤ ਰਾਜਾ ਉਸ ਬੇਬੀ ਨੂੰ ਬੰਦਾ ਬਣਾਉਣ ਵਾਸਤੇ ਤੁਰਿਆ ਜੀ, ਅਤੇ ਉਹ ਵੀ ਭਜਨ ਕਰਨ ਦਿਆ, ਦੂਜੇ ਬੰਨੇ ਵਿਸ਼ਨੂੰ ਜੀ ਨੂੰ ਲੱਭ ਰਹੇ ਹੈ। ਸਾਰੀ ਲੰਮੀ ਬੜੀ ਸਾਖੀ ਸੀ, ਤੁਸੀਂ ਸਾਰੀ ਗੱਲ ਸੁਣ ਲਈ ਹੈ। ਗੱਲ ਭੌਂ ਝੋਂ ਕੇ ਆਏਗੀ ਵੀ ਭਜਨ ਵੀ ਕਰੇ ਬੰਦਾ ਅਤੇ ਦਇਆ ਵੀ ਰੱਖੇ ਜੀ, ਸੁਭਾਅ 'ਚ ਨਰਮਤਾਈ ਵੀ ਰੱਖੇ ਜੀ। ਹਾਂਜੀ, ਭਜਨ ਕਰਕੇ ਕਠੋਰ ਸੁਭਾਅ ਸਾਧ ਸੰਗਤ ਜੀ, ਇਹ ਗੁਰਸਿੱਖ ਦਾ ਨਹੀਂ ਹੈ। ਬੜੇ ਬੜੇ ਭਜਨ ਕਰਕੇ ਸੁਭਾਅ ਨਹੀਂ ਬਦਲਦੇ ਆਪਣਾ ਜੀ, ਉਹਦੇ ਕਰਕੇ ਖੇਡ ਉੱਥੇ ਕੀ ਬਣੀ ਰਹਿੰਦੀ ਹੈ ਜੀ। ਜੇ ਉਹ ਆਪਣਾ ਸੁਭਾਅ ਬਦਲ ਲੈਣ, ਨਾਮ ਜਪਦਿਆਂ ਜਪਦਿਆਂ ਉਹਨਾਂ 'ਤੇ ਕਿਰਪਾ ਹੋ ਜਾਵੇ, ਤਾਂ ਸਾਧ ਸੰਗਤ ਜੀ ਬੜੀ ਵੱਡੀ ਗੱਲ ਹੈ। ਹੁਣ ਇਹਦੇ ਤੋਂ ਅੱਗੇ ਇਤਿਹਾਸ ਦੀ ਕਥਾ ਸਰਵਣ ਕਰਨੀ ਹੈ। ਉਹ ਜਿਹੜੀ ਸਾਖੀ ਮਹਾਰਾਜ ਨੇ ਸੁਣਾਈ ਸੀ ਬਹੁਤ ਲੰਮੀ ਹੈ, ਤੱਤ ਸਾਰ ਆਪ ਜੀ ਨੇ ਸੁਣ ਹੀ ਲਿਆ, ਕਿਸ ਤਰੀਕੇ ਦੇ ਨਾਲ ਬੇਬੀ ਨੇ ਕੀਤੀ ਦਇਆ ਅਤੇ ਬੇਬੀ ਬੰਦਾ ਬਣ ਕੇ ਗਾਂ ਮੰਤਰੀ ਬਣ ਗਈ ਜੀ। ਹਾਂਜੀ, ਅਤੇ ਮਨ ਵਿੱਚ ਆਈ ਦਇਆ ਸ਼ਿਕਾਰੀ 'ਤੇ, ਸ਼ਿਕਾਰੀ ਨਾਮ ਜਪਣ ਲੱਗ ਪਿਆ ਅਤੇ ਸੰਤ ਬਣ ਗਿਆ ਜੀ। ਅਤੇ ਬਿਕਰਮਜੀਤ ਕੋ 'ਤੇ ਪਹਿਲਾਂ ਹੀ ਰਾਜਭਾਗ ਸੀਗਾ ਜੀ। ਗੱਲ ਕੀ, ਜਿਹੜਾ ਦਇਆ ਕਰੇਗਾ ਭਜਨ ਕਰੇਗਾ ਉਹਦੀ ਚੜ੍ਹਦੀ ਕਲਾ ਹੀ ਹੈ ਜੀ। ਆਪਾਂ ਕਹਿੰਦੇ ਹਾਂ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਨਾਮ ਜਪਣ ਵਾਲਿਆਂ ਦੀ ਚੜ੍ਹਦੀ ਕਲਾ ਹੈਗੀ, ਆਮ ਜੇ ਬੰਦਿਆਂ ਦੀ ਚੜ੍ਹਦੀ ਕਲਾ ਨਹੀਂ 'ਚ ਹੈਗੀ। ਕਿਸੇ ਨੂੰ ਹਾਲ ਚਾਲ ਪੁੱਛ ਲਓ, ਜਪਜੀ ਸਾਹਿਬ ਕਦੀ ਪੜ੍ਹਿਆ ਨਹੀਂ ਹੁੰਦਾ ਅਤੇ ਬੜੀ ਘਰੋੜ ਕੇ ਬੰਦਾ ਕਹਿੰਦਾ ਜੀ ਚੜ੍ਹਦੀ ਕਲਾ ਹੈ ਜੀ ਸਾਡੀ ਜੀ। ਜਪਜੀ ਸਾਹਿਬ ਦਾ ਪਾਠ ਕਦੀ ਕੀਤਾ ਨਹੀਂ ਹੁੰਦਾ ਜੀ, ਅਤੇ ਚੜ੍ਹਦੀ ਕਲਾ ਹੈ ਜੀ ਸਾਡੀ ਜੀ। ਚੜ੍ਹਦੀ ਕਲਾ ਨਾਮ ਜਪਣ ਵਾਲਿਆਂ ਦੀ, ਵੇਖੋ ਨਾਮ ਜਪਣ ਵਾਲਿਆਂ ਦੀਆਂ ਥਾਵਾਂ 'ਤੇ ਜਾ ਕੇ ਕਿੰਨੀ ਚੜ੍ਹਦੀ ਕਲਾ ਜੀ ਉਹਨਾਂ ਦੀ। ਮੇਲੇ ਲੱਗੇ ਪਏ ਜੀ, ਹਜ਼ਾਰਾਂ ਲੋਕ ਸਿਰ ਝੁਕਾਉਣ ਵਾਲੇ ਉੱਥੇ ਹੈਗੇ ਆ ਜਿਨ੍ਹਾਂ ਨੇ ਨਾਮ ਜਪਿਆ ਜੀ।
हाँ जी, ते जिन्ना नाम नहीं जपया कल्ले उजाड़ बिया बांच बैठे रहिंदे, कोई पुछदा नहीं जी उन्हां नूं। ए रौनकां ऐवें नहीं लगदियां, रौनकां दे पिछे कमाई वड्डी हुंदी, ते बंदा उन्हां रौनकां नूं रोकण दा जतन करे। ते साध संगत जी ओह आप ही वड्डा मूर्ख है जिहड़ा उन्हां रौनकां नूं रोकण दा जतन करदा जी। भजन का प्रताप बड़ा है, नाम जपण का प्रताप बड़ा है। हुण अगों साध संगत जी आपां कथा श्रवण करिए, दोवें हथ जोड़ो, गज के आखो सतनाम श्री वाहे गुरु साहिब जी। फिर आखो जी सतनाम श्री वाहे गुरु साहिब जी। सतनाम श्री वाहिगुरु साहिब जी। छुट्टी मसंदन ते सकल संगत देश विदेश हजूर गरीब नवाज सच्चे पातशाह गुरु गोबिंद सिंह साहब श्री आनंदपुर साहब विच सुभाईमान ने, देशों विदेशों तो सिख संगत महाराज की हाजरी विच आउंदियां। पहला संगत मसंदा के अधिकार विच सन। मसंद पता की, पहला तो बड़े चंगे ही, पर गुरु घर का खा खा के उन्हां दी मत विगड़ गई है जी, वह गुरु जी दे ही उल्ट हो गए है जी। ते महाराज ने मसंदा नूं सोधा लाया, संगतां नूं आखिया इन्हां मसंदां ते भरोसा नहीं रखना। हुण संगतां सिद्धियां ही सच्चे पातशाह जी दे कोल आ पाउंदियां ने। हाँ जी, अधिक भई सिखी जगत शरदा सहित विशेष। जगत दे विच गुरु गोबिंद सिंह साहिब जी दी सिखी बड़ी वध गई, हर पासे गुरु के सिख बड़ी श्रद्धा रखते आ सच्चे पातशाह जी उत्ते। हाँ, आप कार संगत लै आवे, संगत आपे ही अपनी भेटा गुरु साहब जी तक लैके आउंदी आ। कता पता की करना जी, अपने अपने नगरां विच ग्राही ते तुर पैना जी मसंदा ने जी। हाँ जी, फलाणिया मैं गुरु जी कोल जा रहा, मैनू माया दे, उन्हें माया देनी ते वह आप ही छक छका जानी जी सारी जी। महाराज ने इस काम तो रोक दिता जी, सारी संगत आपे अपनी भेटा दसवें पातशाह जी तक लैके आउंदी है। सिख नूं ईमानदारी सच्चे पातशाह ने सिखाई है। गज के आखो वाहेगुरु। यह नहीं कोई जावे दरवाजे ते फेर ही माया देनी है, गुरु का सिख आपे ही सतगुरु जी दे चरणा विच माया लैके हाजिर हो जावे जी, फिर होर कृपा वरतदी है। हाँ जी, ਭਾਂਤ ਭਾਂਤ ਕੀ ਭੇਟ ਚੜਾਵੇ, ਬੜੇ ਕਈ ਤਰ੍ਹਾਂ ਦੇ ਪਦਾਰਥ ਗੁਰੂ ਕੇ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੜਾਉਂਦੇ ਆ। ਹਾਂਜੀ, ਅਨ ਗਨ ਧਨ ਭੁੱਖਨ ਅਰਪੰਤੇ, ਬਹੁਤ ਮੋਲ ਕੇ ਬਸਤਰ ਸੁਪੰਤੇ। ਤੇ ਅਨ ਗਨ ਧਨ ਮਾਇਆ ਤੇ ਛਕਣ ਵਾਲਾ ਅੰਨ, ਇਹੋ ਜਿਹੀਆਂ ਚੀਜ਼ਾਂ ਦੀ ਆਨੰਦਪੁਰ ਸਾਹਿਬ ਵਿੱਚ ਕੋਈ ਕਮੀ ਨਹੀਂ ਹੈਗੀ, ਭੰਡਾਰੇ ਭਰੇ ਪਏ ਆ ਜੀ। ਅੰਨ ਦੇ ਭੰਡਾਰੇ ਭਰੇ ਪਏ ਆ, ਮਾਇਆ ਦੇ ਭੰਡਾਰੇ ਭਰੇ ਪਏ ਹੈ। ਜਿੱਥੇ ਗੁਰੂ ਸਾਹਿਬ ਹੋਣ ਉੱਥੇ ਕਮੀ ਆ ਸਕਦੀ ਜੀ ਕਦੀ ਜੀ? ਉੱਥੇ ਕਮੀ ਨਹੀਂ ਕਦੀ ਆ ਸਕਦੀ। ਸਾਡੇ ਘਰਾਂ 'ਚ ਕਮੀਆਂ ਤਾਂ ਆਪਾਂ ਆਪਣੇ ਘਰ ਵਿੱਚ ਸਤਿਗੁਰੂ ਦੀ ਬਾਣੀ ਨਹੀਂ ਪੜ੍ਹਦੇ ਜੀ। ਬਾਣੀ ਪੜ੍ਹਨ ਲੱਗ ਪਈਏ ਕੋਈ ਕਮੀ ਨਹੀਂ ਰਹਿੰਦੀ ਜੀ ਉੱਥੇ। ਹਾਂਜੀ, ਯੁੱਤ ਮਰਿਆਦਾ ਪੂਜਾ ਕਰੇ, ਗੁਰੂ ਕੇ ਸਿੱਖ ਬੜੀ ਮਰਜ਼ਾਦਾ ਦੇ ਸਹਿਤ ਗੁਰਬਾਣੀ ਦਾ ਪਾਠ ਕਰਦੇ ਹੈ। ਹਜ਼ੂਰ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਸੇਵਦੇ ਹੈ। ਹਾਂਜੀ, ਅਰਪ ਅਰਪ ਕਰ ਔਰ ਮੁੱਦ ਭਰੈ, ਤੇ ਕੋਈ ਭੇਟਾ ਮਹਾਰਾਜ ਨੂੰ ਦੇ ਕੇ ਬੜੀ ਖੁਸ਼ੀ ਮਹਿਸੂਸ ਕਰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਤਾਂ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਜੀ, ਰੱਬ ਦੇ ਪਿਆਰੇ ਮਹਾਂਪੁਰਖ ਬੈਠੇ ਜੀ, ਲੋਕ ਉਹਨਾਂ ਨੂੰ ਮਾਇਆ ਭੇਟਾ ਕਰਨ ਦੇ ਤੇ ਬੜੀ ਖੁਸ਼ੀ ਮਹਿਸੂਸ ਕਰਨ ਦੇ ਜੀ ਲੋਕ। ਤੇ ਮੈਂ ਸੋਚਿਆ ਵੀ ਇੱਕ ਬੰਦੇ ਮਜ਼ਦੂਰ ਬੰਦਾ ਮਜ਼ਦੂਰੀ ਕਰਨ ਦਿਆ ਹੈ, ਮਜ਼ਦੂਰ ਮਜ਼ਦੂਰੀ ਕਰਦਾ, ਸ਼ਾਮੀ ਉਹਨੂੰ ਮਾਲਕ ਨੇ ਪੈਸੇ ਦੇਣੇ ਅਜੇ, ਉਹਨੇ ਮਿਹਨਤ ਕੀਤੀ ਹੈ ਆਪਣੀ ਸਾਰੀ ਦਿਹਾੜੀ ਮਿਹਨਤ ਕੀਤੀ ਹੈ, ਅਤੇ ਮਾਲਕ ਜਿਹੜਾ ਕੰਜੂਸ ਹੁੰਦਾ ਨਾ ਉਹਨੂੰ ਮਾਇਆ ਦੇ ਕੇ ਖੁਸ਼ ਨਹੀਂ ਹੁੰਦਾ ਜੀ। ਜੇ ਦਊਗਾ ਤਾਂ ਸੁੱਕਾ ਸੜਿਆ ਜਿਹਾ ਦੇਗਾ, ਕੋਈ ਬਿਰਲਾ ਮਾਲਕ ਹੁੰਦਾ ਜਿਹੜਾ ਖੁਸ਼ੀ ਨਾਲ ਮਜ਼ਦੂਰੀ ਦੇਵੇ ਜੀ, ਅਗਲੇ ਨੂੰ ਖੁਸ਼ੀ ਨਾਲ ਤਨਖਾਹ ਦੇਵੇ। ਖੋਹ ਮੁਆਈ ਕਰਦੇ ਬੜੇ ਵੇਖੇ ਜੀ ਲੋਕ, ਅਤੇ ਮੈਂ ਤਾਂ ਇਹ ਵੀ ਵੇਖਿਆ ਜੀ, ਆਹ ਵਿਆਹਾਂ 'ਤੇ ਜਿਹੜੇ ਸ਼ਗਨ ਪਾਉਂਦੇ ਆ, ਉਹ ਜਦੋਂ ਸ਼ਗਨ ਪਾਉਂਦੇ ਨਾ ਜੀ, ਅਤੇ ਬੜੇ ਨਿੰਮੋ ਝੂਣੇ ਜਿਹੇ ਹੁੰਦੇ ਵੀ ਇੰਨੀ ਜੇਬ ਖਾਲੀ ਕਰਤੀ ਉਹ। ਗੱਜ ਕੇ ਆਖੋ। ਪਰ ਰੱਬ ਦੇ ਪਿਆਰਿਆਂ ਨੂੰ ਵੇਖਿਆ ਲੋਕ ਮਾਇਆ ਦੇ ਦੇ ਕੇ ਨਾਲੇ ਮੱਥੇ ਟੇਕਦੇ ਅਤੇ ਨਾਲੇ ਖੁਸ਼ੀ ਮਨਾਉਂਦੇ ਆ ਜੀ। ਹਾਂਜੀ, ਨਾਲੇ ਮਾਇਆ ਦੇਣਗੇ ਨਾਲੇ ਮੱਥਾ ਟੇਕਣਗੇ,
ਨਾਲੇ ਖੁਸ਼ੀ ਮਨਾਉਣਗੇ, ਕਿਉਂ? ਇਹ ਜਪੇ ਹੋਏ ਨਾਮ ਦਾ ਪ੍ਰਤਾਪ ਹੈ, ਜਪੇ ਹੋਏ ਨਾਮ ਦਾ ਪ੍ਰਤਾਪ ਹੈ। ਇਹ ਬੜੇ ਤਾਂ ਤੋਂ ਤਾਂ ਦੀ ਗੱਲ ਹੈ। ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਸਾਧ ਸੰਗਤ ਜੀ, ਜੋ ਬਾਜ਼ਾਰ ਵਿੱਚ ਚੀਜ਼ ਆਉਣੀ ਸੇਵਕਾਂ ਪਹਿਲਾਂ ਉੱਥੇ ਹਾਜ਼ਰ ਕਰਨੀ ਜੀ। ਇਹ ਨਹੀਂ ਆਮ ਮਾੜੀਆਂ ਮੋਟੀਆਂ ਵੱਡੀਆਂ ਵੱਡੀਆਂ ਗੱਡੀਆਂ ਸੇਵਕ ਉਹਨਾਂ ਦੇ ਚਰਨਾਂ ਵਿੱਚ ਖਿਲਾਰ ਦਿੰਦੇ ਸਨ। ਕਾਹਦਾ ਪ੍ਰਤਾਪ ਹੈ? ਗੁਰੂ ਜੀ ਦੀ ਮਿਹਰ ਦਾ ਪ੍ਰਤਾਪ ਹੈ। ਸਿੱਖ ਮਹਾਰਾਜ ਨੂੰ ਨਾਲੇ ਭੇਟਾ ਦਿੰਦੇ ਹੈ, ਨਾਲੇ ਵਸਤੂਆਂ ਦਿੰਦੇ ਹੈ, ਅਤੇ ਨਾਲੇ ਬੜੀ ਖੁਸ਼ੀ ਮਨਾਉਂਦੇ ਹੈ। ਹਾਂਜੀ, ਵਾਸੀ ਵਾਸੀ ਕੇ ਇੱਕ ਥਾਏ ਸਹਿਤ ਤੇ ਹਾਵਲ ਦੇਗ ਬਣਾਏ। ਨਗਰਾਂ ਦੇ ਲੋਕ ਕੜਾ ਪ੍ਰਸ਼ਾਦ ਕਰਕੇ ਕੋਈ ਵੀ ਅਰਦਾਸ ਹੋਵੇ, ਸਾਧ ਸੰਗਤ ਜੀ ਅਰਦਾਸ ਕਰਕੇ ਆਪਣੇ ਕਾਰਜ ਸਿੱਧ ਕਰਾ ਲੈਂਦੇ ਹੈ। ਨਿਜ ਨਿਜ ਡੇਰੇ ਭਜਨ ਕਰਨ ਤੇ, ਗੁਰੂ ਕੇ ਸਿੱਖ ਹਰ ਕੋਈ ਆਪੋ ਆਪਣੀ ਥਾਂ ਤੇ ਬੈਠਾ ਭਜਨ ਕਰਦਾ ਹੈਗਾ ਜੀ। ਕੇ ਆਖੋ ਵਾਹਿਗੁਰੂ, ਹੁਣ ਇਸ ਪਾਸੇ ਨਹੀਂ ਧਿਆਨ ਹੈਗਾ ਜੀ, ਵੀ ਆਪੋ ਆਪਣੀ ਥਾਂ ਤੇ ਜਿੱਥੇ ਕੋਈ ਹੈਗਾ ਉੱਥੇ ਉੱਥੇ ਭਜਨ ਕਰੇ, ਨਾਮ ਜਪੇ। ਹਾਂਜੀ, ਸਿੱਖਣ ਸੋ ਸਿੱਖ ਪ੍ਰੇਮ ਕਰਨ, ਬੜਾ ਪ੍ਰੇਮ ਹੈ ਸਾਰਿਆਂ ਦੇ ਵਿੱਚ। ਹਾਂਜੀ, ਮਿਲ ਮਿਲ ਉਪਜਦ ਅਨਕ ਆਨੰਦ, ਇੱਕ ਦੂਜੇ ਨੂੰ ਮਿਲ ਮਿਲ ਕੇ ਆਨੰਦ ਵਧਾਉਂਦੇ ਆ ਗੁਰੂ ਕੇ ਸਿੱਖ। ਜਿਮ ਭਰਾਤਾ ਸੰਗ ਭਰਾਤਾ ਬ੍ਰਿੰਦ, ਜਿਵੇਂ ਭਰਾਤਾ ਦਾ ਭਰਾਤਾ ਨਾਲ ਪ੍ਰੇਮ ਹੁੰਦਾ ਹੈ ਭਰਾ ਦਾ ਭਰਾ ਨਾਲ, ਉਵੇਂ ਗੁਰੂ ਕੇ ਸਿੱਖ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਹਜ਼ੂਰ ਸੇਵਾ ਕਰਦੇ ਹੈ, ਛਲ ਕਪਟ ਤੋਂ ਰਹਿ ਧੋ ਕੇ ਕਰਦੇ ਹੈ। ਕਿਸੇ ਦੇ ਅੰਦਰ ਛਲ ਕਪਟ ਨਹੀਂ ਹੈਗਾ ਜੀ। ਹਾਂਜੀ, ਭਾਇਓ ਖਾਲਸਾ ਸ਼ਸਤਰਨ ਧਾਰੀ, ਪੂਜਾ ਮੇਲੇ ਪਰ ਹੋਏ ਭਾਰੀ। ਬੜਾ ਖਾਲਸਾ ਸ਼ਸਤਰ ਧਾਰੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਤਿਆਰ ਹੋ ਗਿਆ, ਅਤੇ ਆਨੰਦਪੁਰ ਸਾਹਿਬ ਭੱਜ ਭੱਜ ਕੇ ਸਿੰਘ ਆਇਆ ਕਰਨ ਜੀ। ਚਲੋ ਭਾਈ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਕੀ ਦੇਸ਼ ਤੇ ਕੀ ਵਿਦੇਸ਼, ਹਰ ਕੋਈ ਮੇਰੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਪਹੁੰਚ ਰਿਹਾ। ਹਾਂਜੀ, ਇੱਕ ਦਿਨ ਸਿੰਘ ਸੁਮਤ ਕੇ ਧਾਰੀ, ਇੱਕ ਦਿਨ ਸਿੰਘ ਬੈਠੇ ਸਾਰੇ ਇਕੱਠੇ ਹੋ ਕੇ, ਬੜੀ ਸੁਮਤ ਵਾਲੇ ਸ੍ਰੇਸ਼ਟ ਮਤ ਵਾਲੇ ਸਾਰੇ। ਹਾਂਜੀ, ਬੈਠ ਪਰਸ ਪਰ ਗਿਰਾ ਉਚਾਰੀ, ਆਪਸ ਵਿੱਚ ਬੈਠ ਕੇ ਤੇ ਗੱਲ ਕੀ ਕੀਤੀ। ਹੁਣ ਨਾ ਜੀ, ਕਥਾ ਸੁਣਨ ਵਾਲੇ ਬੜੇ ਧਿਆਨ ਨਾਲ ਸੁਣਿਓ, ਆਪਾਂ ਜਦੋਂ ਬਹਿੰਦੇ ਆਪਾਂ ਕਿਹੜੀਆਂ ਗੱਲਾਂ ਕਰਦੇ ਹਾਂ ਜੀ? ਜੇ ਤੇ ਕਰਦੇ ਬੁਰੀਆਂ ਤੇ ਆਪਣੇ ਆਪ ਨੂੰ ਬਦਲ ਲਓ ਫਿਰ ਜੀ, ਭਲਾ ਤੇ ਫਿਰ ਹੀ ਹੋਣਾ ਜੀ। ਚਾਰ ਜਣੇ ਬਹਿ ਗਏ ਜੇ ਤੇ ਵਿਸ਼ਾ ਹੋਰ ਕੋਈ ਨਹੀਂ ਹੈਗਾ, ਕਦੀ ਫਲਾਣੇ ਨੂੰ ਬੁਰਾ ਕਹਿਤਾ, ਕਦੀ ਉਹਨੂੰ ਕਹਿਤਾ ਜੀ। ਕਹਿੰਦੇ ਇੱਕ ਦਿਨ ਸਿੰਘ ਸੁਮਤ ਕੋ ਧਰਕੈ, ਬੈਠ ਪਰਸ ਪਰ ਗਿਰਾ ਉਚਰਕੈ। ਸਾਰੇ ਸਿੰਘ ਬੈਠੇ ਤੇ ਆਪਸ ਵਿੱਚ ਬੈਠ ਕੇ ਇਸ ਤਰ੍ਹਾਂ ਦੇ ਬਚਨ ਕਰਨ ਦੇ, ਸੁਣਿਓ ਜਰਾ। ਸਤਿਗੁਰ ਕੋ ਦਰਸ਼ਨ ਅਤ ਸੋਹਤ, ਆਖੋ ਵਾਹਿਗੁਰੂ। ਪਤਾ ਕੀ ਕਹਿੰਦੇ ਜੀ? ਕਹਿੰਦੇ ਸਿੰਘੋ, ਜਦੋਂ ਕਲਗੀਧਰ ਬੈਠਦੇ ਬੜੇ ਫੱਬਦੇ ਨੇ ਮਹਾਰਾਜ, ਸੱਚੇ ਪਾਤਸ਼ਾਹ ਗਰੀਬ ਨਵਾਜ ਕਿੱਡੇ ਫੱਬਦੇ, ਕਿੱਡੇ ਸੋਹਣੇ ਲੱਗਦੇ ਸੱਚੇ ਪਾਤਸ਼ਾਹ, ਆਪਸ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਤੇ ਹੇ ਵਾਹਿਗੁਰੂ ਬਖਸ਼ ਲਈ ਹੁਣ ਜੀ, ਹੁਣ ਤੇ ਕੰਮ ਪੁੱਠਾ ਹੋਇਆ ਪਿਆ ਜੀ। ਇਹ ਗੱਲ ਕਹਿਣੀ ਤਾਂ ਜ਼ਰੂਰੀ ਹੈ, ਜਦੋਂ ਆਪਸ ਵਿੱਚ ਮਿਲ ਕੇ ਬਹਿੰਦੇ ਤੇ ਫਿਰ ਪਤਾ ਕੀ ਗੱਲਾਂ ਹੁੰਦੀਆਂ। ਵੇਖਿਆ ਸੀ ਫਲਾਣੇ ਵੱਲ ਕੀ ਕਰਦਾ ਸੀਗਾ, ਉਹ ਵੇਖਿਆ ਸੀ ਉਹਦੇ ਵੱਲ ਉਹਨੇ ਕੀ ਕੀਤਾ ਸੀਗਾ ਜੀ, ਅੱਜ ਨਾ ਉਹਨੇ ਇੰਜ ਕੀਤਾ ਸੀਗਾ, ਤੇ ਇਹਦਾ ਮਤਲਬ ਕੀ ਹੋਇਆ ਜੀ? ਇਹਦਾ ਮਤਲਬ ਗੁਰਦੁਆਰੇ ਆਏ ਵੀ ਤੇ ਖਾਲੀ ਦੇ ਖਾਲੀ ਰਹੇ ਜੀ, ਉਹ ਪ੍ਰਾਪਤੀ ਨਹੀਂ ਹੋਈ ਜੀ ਉਹਨਾਂ ਨੂੰ ਕੋਈ। ਸਿੰਘ ਆਏ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਦਰਸ਼ਨਾਂ ਦੀਆਂ ਗੱਲਾਂ ਕਰਨ ਦੇ, ਮਹਾਰਾਜ ਬੜੇ ਫੱਬਦੇ ਸੱਚੇ ਪਾਤਸ਼ਾਹ। ਹਾਂਜੀ, ਦੇਖਣ ਕਰੇ ਸਭਨ ਮਨ ਮੋਹਤ, ਭਾਈ ਵੇਖਿਆ ਹੀ ਮਨ ਮੋਹਿਆ ਜਾਂਦਾ ਮਹਾਰਾਜ ਨੂੰ ਵੇਖਿਆ ਜੀ, ਭਾਵ ਮਨ ਮੋਹਿਆ ਜਾਣਾ ਕੀ ਹੁੰਦਾ? ਇੱਕ ਜਣੇ ਨੂੰ ਵੇਖਿਆ ਤੇ ਬਾਰ ਬਾਰ ਉਹਦਾ ਚੇਤਾ ਆਉਣਾ ਜੀ, ਉਹਨੂੰ ਕਹਿੰਦੇ ਮਨ ਮੋਹ ਲੈਣਾ ਜੀ। ਹਾਂਜੀ, ਏਕ ਬਨ ਹੈ ਕੰਚਨ ਕੋ ਮੰਦਰ, ਹੁਣ ਸਿੱਖ ਪਤਾ ਕੀ ਸੋਚਣ ਦੇ ਹੈ? ਜਿੱਡੇ ਸੋਹਣੇ ਸੱਚੇ ਪਾਤਸ਼ਾਹ ਨੇ ਗੁਰੂ ਸਾਹਿਬ ਮਹਾਰਾਜ ਤੇ ਸੋਨੇ ਦੇ ਘਰ ਵਿੱਚ ਰਹਿਣੇ ਚਾਹੀਦੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪਣੀ ਸਾਧ ਸੰਗਤ ਜੀ, ਮਹਾਰਾਜ ਜੀ ਦੀ ਉਸਤਤ ਵਿੱਚ ਸਿੰਘ ਬਚਨ ਕਰਨ ਦੇ ਹੈ, ਉਹਨਾਂ ਦੀ ਆਪਣੀ ਭਾਵਨਾ ਹੈ। ਹਾਂਜੀ, ਜ਼ੇਬ ਜਵਾਹਰ ਬਾਹਰ ਅੰਦਰ, ਹੀਰੇ ਜਵਾਹਰਾਤ ਘਰ ਦੇ ਵਿੱਚ ਲੱਗੇ ਹੋਣ,
ਏਡਾ ਸੋਹਣਾ ਕਲਗੀਧਰ ਸੱਚੇ ਪਾਤਸ਼ਾਹ ਦਾ ਘਰ ਹੋਵੇ, ਗੁਰੂ ਜੀ ਦਾ ਘਰ ਬੜਾ ਹੀ ਸੋਹਣਾ ਹੋਵੇ। ਹਾਂਜੀ, ਦਰ ਪਰ ਮੁਕਤਾ ਝਾਲਰ ਹੋਏ, ਦਰਵਾਜ਼ਿਆਂ 'ਤੇ ਮੋਤੀਆਂ ਦੀਆਂ ਝਾਲਰਾਂ ਲੱਗੀਆਂ ਹੋਣ, ਜਿਸ ਕਮਰੇ ਵਿੱਚ ਸੱਚੇ ਪਾਤਸ਼ਾਹ ਰਹਿਣ ਉੱਥੇ ਖੁਸ਼ਬੂਵਾਂ ਆਉਂਦੀਆਂ ਹੋਣ ਜੀ। ਹਾਂਜੀ, ਰਚ ਹੈ ਚਤੁਰ ਕਾਰੀਗਰ ਜੋਏ, ਕਾਰੀਗਰਾਂ ਨੇ ਬੜੇ ਸੋਹਣੇ ਚਿੱਤਰ ਬਣਾਏ ਹੋਣ, ਬੜਾ ਸੋਹਣਾ ਮਹਾਰਾਜ ਸੱਚੇ ਪਾਤਸ਼ਾਹ ਦਾ ਘਰ ਹੋਵੇ। ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ। ਬਹੁਤ ਸੋਹਣੇ ਬਸਤਰ ਹੋਣ ਸੱਚੇ ਪਾਤਸ਼ਾਹ ਦੇ, ਹੀਰੇ ਮੋਤੀ ਬਸਤਰਾਂ ਨੂੰ ਲੱਗੇ ਹੋਣ, ਅਤੇ ਸੋਨੇ ਦਾ ਘਰ ਹੋਵੇ ਗੁਰੂ ਜੀ ਦਾ। ਸਾਧ ਸੰਗਤ ਜੀ, ਇਹ ਵੀ ਸਿੰਘਾਂ ਦੇ ਆਪਣੇ ਮਨ ਦੀ ਭਾਵਨਾ ਹੈ। ਹਰਿਮੰਦਰ ਸਾਹਿਬ ਵੇਖ ਲਓ, ਸੋਨੇ ਦਾ ਘਰ ਹੈ ਤਾਂ ਦਿਨੋ ਦਿਨ ਵਡਿਆਈ ਵੱਡੀ ਹੋ ਰਹੀ ਹੈ ਜੀ, ਵੱਡੀ ਹੋ ਰਹੀ ਹੈ। ਪਰ ਸੋਨੇ ਕਰਕੇ ਗੁਰੂ ਜੀ ਮਹਾਨ ਨਹੀਂ ਹੈਗੇ, ਮਹਾਰਾਜ ਆਪਣੇ ਕਰਕੇ ਮਹਾਨ ਨੇ ਜੀ। ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਥਾਨ ਸੋਨੇ ਦਾ ਹੋਣਾ ਚਾਹੀਦਾ। ਹਾਂਜੀ, ਕੰਚਨ ਸਦਨ ਬਿਰਾਜ਼ੈ ਫੇਰੇ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਬੜੇ ਫੱਬਣਗੇ ਜੇ ਸੋਨੇ ਦੇ ਮਹਿਲਾਂ ਵਿੱਚ ਸਾਡੇ ਸੱਚੇ ਪਾਤਸ਼ਾਹ ਬੈਠੇ ਹੋਣਗੇ, ਇਹ ਸਿੰਘ ਆਪਸ ਵਿੱਚ ਗੱਲਾਂ ਕਰਨ ਦੇ। ਹਾਂਜੀ, ਇਸ ਪ੍ਰਕਾਰ ਹਮ ਦਰਸ਼ਨ ਹੇਰੇ, ਫਿਰ ਆਪਾਂ ਮਹਾਰਾਜ ਦੇ ਦਰਸ਼ਨ ਕਰਾਂਗੇ। ਕਿਤੇ ਸੋਨੇ ਦੇ ਘਰ ਵਿੱਚ ਸੋਨੇ ਦੇ ਪਲੰਘੇ 'ਤੇ ਸੱਚੇ ਪਾਤਸ਼ਾਹ ਬੈਠੇ ਹੋਣ, ਕਿੱਡਾ ਮਨਮੋਹਣਾ ਸਮਾਂ ਹੋਏਗਾ ਉਹ। ਹਾਂਜੀ, ਸੁੰਦਰ ਸ਼ੋਭਾ ਹੋਏ ਵਿਸਾਲਾ, ਫਿਰ ਵੇਖਿਓ ਮਹਾਰਾਜ ਦੀ ਸ਼ੋਭਾ ਕਿੰਨੀ ਵੱਡੀ ਹੁੰਦੀ, ਮਹਾਰਾਜ ਸੱਚੇ ਪਾਤਸ਼ਾਹ ਉਹਦੇ ਵਿੱਚ ਬੈਠੇ ਬੜੇ ਫੱਬਣਗੇ। ਨਹਿ ਤ੍ਰਿਪਤ ਹੈ ਹਮ ਪਿਖ ਤਿਸ ਕਾਲਾ, ਗੱਜ ਕੇ ਆਖੋ, ਤੇ ਗੁਰੂ ਸਾਹਿਬ ਕਿਰਪਾ ਕਰਨਗੇ, ਅਸੀਂ ਰੱਜਾਂਗੇ ਨਹੀਂ ਮਹਾਰਾਜ ਦੇ ਦਰਸ਼ਨ ਕਰ ਕਰਕੇ। ਵੇਖੋ ਸਿੰਘਾਂ ਦੀ ਭਾਵਨਾ, ਮਹਾਰਾਜ ਦਾ ਘਰ ਵਧੀਆ ਹੋਵੇ, ਮਹਾਰਾਜ ਦਾ ਆਸਣ ਵਧੀਆ ਹੋਵੇ, ਮਹਾਰਾਜ ਦਾ ਅਸਥਾਨ ਵਧੀਆ ਹੋਵੇ, ਅਸੀਂ ਮਹਾਰਾਜ ਦੇ ਦਰਸ਼ਨ ਕਰੀਏ, ਅਤੇ ਦਰਸ਼ਨ ਕਰ ਕਰਕੇ ਰੱਜੀਏ ਹੀ ਨਾ ਜੀ। ਅਤੇ ਵਾਹਿਗੁਰੂ ਬਖਸ਼ ਲਈ ਜੀ। ਹੁਣ ਹੁਣ ਇਕੱਠੇ ਹੋ ਕੇ ਬਸ ਪੁੱਠੀਆਂ ਹੀ ਗੱਲਾਂ ਚੱਲਦੀਆਂ ਜੀ, ਵਿਸ਼ਾ ਹੀ ਨਹੀਂ ਕੋਈ ਹੈਗਾ। ਔਰ ਜਦੋਂ ਬਹਿਣਾ ਕੋਈ ਗੁਰੂ ਜੀ ਦੀ ਗੱਲ ਕਰਨੀ ਹੈ, ਕੋਈ ਰੱਬ ਦੀ ਗੱਲ ਕਰਨੀ ਹੈ, ਕੋਈ ਪਰਮਾਤਮਾ ਦੀ ਗੱਲ ਕਰਨੀ ਹੈ, ਕੋਈ ਗੁਰੂ ਸਾਹਿਬ ਦੀ ਵਡਿਆਈ ਦੀ ਗੱਲ ਕਰਨੀ ਹੈ, ਹੋਰ ਨਾ ਨਾ ਕੋਈ ਵਿਸ਼ਾ ਹੋਵੇ ਸਾਡੇ ਕੋਲ, ਅਤੇ ਸਾਡੇ ਬੰਦੇ ਅਖਬਾਰ ਦੀ ਗੱਲ ਸ਼ੁਰੂ ਕਰ ਦਿੰਦੇ ਹੈ, ਅਖਬਾਰ ਦੀ ਗੱਲ ਸ਼ੁਰੂ ਕਰ ਦਿੰਦੇ ਹੈ ਵੀ ਇਕੱਠੇ ਹੋਏ ਹਾਂ, ਕੋਈ ਗੁਰੂ ਜੀ ਦੀ ਗੱਲ ਕਰੀਏ, ਕੋਈ ਰੱਬ ਦੀ ਗੱਲ ਕਰੀਏ। ਪਰ ਇਹ ਤਾਂ ਵਿਰਲੇ ਗੁਰਸਿੱਖਾਂ ਵਿੱਚ ਇਹ ਗੱਲ ਰਹਿ ਗਈ ਹੈ, ਬਹੁਤ ਥਾਵਾਂ 'ਤੇ ਤਾਂ ਢਾਬਾ ਢੇਰੀ ਹੈ। ਕੱਜ ਕੇ ਆਖੋ, ਮਹਾਰਾਜ ਸੱਚੇ ਪਾਤਸ਼ਾਹ ਬੜੇ ਫੱਪਣਗੇ, ਅਸੀਂ ਮਹਾਰਾਜ ਨੂੰ ਵੇਖਿਆ ਕਰਾਂਗੇ, ਰੱਜਿਆ ਹੀ ਨਹੀਂ ਕਰਾਂਗੇ। ਹਾਂਜੀ, ਮਿਲੇ ਸਿੰਘ ਅਸ ਮਸਲਤ ਕਰ ਹੈ, ਸਿੰਘਾਂ ਨੇ ਇਸ ਤਰ੍ਹਾਂ ਮਸਲਤ ਕੀਤੀ। ਹੁਣ ਜੇ ਮਸਲਤ ਮੀਟਿੰਗ ਕਰਨੀ ਤਾਂ ਚੜ੍ਹਦੀ ਕਲਾ ਦੇ ਕਾਰਜ ਦੀ ਕਰਨੀ ਚਾਹੀਦੀ ਹੈ। ਹਾਂਜੀ, ਸਤਿਗੁਰ ਪ੍ਰੇਮ ਹਿਰਦੇ ਬਹੁਤ ਧਰੈ, ਤੇ ਸਤਿਗੁਰੂ ਜੀ ਦੇ ਪਰਥਾਏ ਹਿਰਦੇ ਵਿੱਚ ਬੜਾ ਪ੍ਰੇਮ ਗੁਰੂ ਕੇ ਸਿੰਘਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ। ਹਾਂਜੀ, ਸ੍ਰੀ ਗੁਰੂ ਗੋਬਿੰਦ ਸਿੰਘ ਸਭ ਕੇ ਸਵਾਮੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੱਜ ਕੇ ਆਖੋ ਸਾਰੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਉੱਧਰ ਸਿੰਘ ਮੀਟਿੰਗਾਂ ਕਰਨ ਦੇ, ਇੱਧਰ ਗੁਰੂ ਸਾਹਿਬ ਨੂੰ ਪਤਾ ਲੱਗਣ ਦਿਆ, ਇੱਥੋਂ ਇੱਕ ਸਮੱਤ ਲੈਣੀ ਚਾਹੀਦੀ ਹੈ। ਬੰਦਾ ਮੀਟਿੰਗਾਂ 'ਤੇ ਕਰਦਾ ਫਿਰਦਾ ਹੈ ਕਿਸੇ ਦੇ ਖਿਲਾਫ, ਹਾਂਜੀ, ਪਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਅੰਤਰਜਾਮੀ ਨੂੰ ਸਭ ਪਤਾ ਹੈ ਵੀ ਕੌਣ ਕੀ ਹੈ, ਕੌਣ ਸੱਚਾ ਅਤੇ ਕੌਣ ਝੂਠਾ ਹੈ। ਐਵੇਂ ਆਪਣਾ ਸਾਧ ਸੰਗਤ ਜੀ ਮਾਫ਼ ਕਰਿਓ, ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੀ ਗੱਲ ਦਾ ਪਤਾ ਲੱਗੀ ਜਾਂਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਪਤ ਬੈਠੇ ਉਹਨਾਂ ਦੇ ਬਚਨ ਸੁਣਨ ਦੇ ਹੈ। ਹਾਂਜੀ, ਲਖੀ ਬਾਤ ਇਹ ਅੰਤਰਜਾਮੀ, ਅੰਤਰਜਾਮੀ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੰਘਾਂ ਦਾ ਫੁਰਨਾ ਜਾਣ ਲਿਆ, ਸਿੰਘ ਸਾਡਾ ਘਰ ਸੋਨੇ ਦਾ ਚਾਹੁੰਦੇ ਹੈ। ਹਾਂਜੀ, ਸ਼ਰਧਾ ਪੂਰਨ ਹਿੱਤ ਨਿਜ ਦਾਸ, ਆਪਣੇ ਸੇਵਕਾਂ ਦੀ ਸ਼ਰਧਾ ਪੂਰੀ ਕਰਨ ਵਾਸਤੇ ਸਾਧ ਸੰਗਤ ਜੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਲਇਓ ਬੁਲਾਏ ਲਿਖਾਰੀ ਪਾਸ, ਮਹਾਰਾਜ ਨੇ ਲਿਖਾਰੀ ਸੱਦੇ ਜੀ ਕੋਲ, ਲਿਖਣ ਵਾਲੇ, ਚਿੱਠੀਆਂ ਲਿਖਣ ਵਾਲੇ। ਹਾਂਜੀ, ਸ਼੍ਰੀ ਮੁਖ ਤੇ ਅਸ ਆਗਿਆ ਕਰੀ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖਾਰੀ ਬਿਠਾ ਲਏ,
ਆਪ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਆਗਿਆ ਕੀਤੀ ਜੀ, ਹੁਕਮ ਕੀਤਾ, ਹਰੀ ਮੋਹੇ ਸੰਗਤ ਸੁਖ ਭਰੀ। ਗੱਜ ਕੇ ਆਖੋ, ਸੱਚੇ ਪਾਤਸ਼ਾਹ ਕਹਿੰਦੇ ਸਭ ਸੰਗਤਾਂ ਜਿੱਥੇ ਜਿੱਥੇ ਹੁਕਮਨਾਮਾ ਪਹੁੰਚਿਆ ਸਭ ਵੱਸਦੀਆਂ ਰਹਿਣ, ਕਹਿੰਦੇ ਸਾਰੀਆਂ ਆਨੰਦ ਵਿੱਚ ਰਹਿਣ ਸੰਗਤਾਂ। ਹਾਂਜੀ, ਲਿਖੋ ਹੁਕਮਨਾਮੇ ਸਭ ਦੇਸ਼। ਭਾਈ ਸਿੰਘਾ, ਸਾਰੇ ਦੇਸ਼ਾਂ ਵਿੱਚ ਹੁਕਮਨਾਮਾ ਲਿਖ ਲਿਖਦੇ। ਲਿਆਵਹਿ ਸੋਇ ਨਾ ਕਰ ਵਿਸ਼ੇਸ਼, ਸਿੱਖ ਸੰਗਤਾਂ ਸਾਨੂੰ ਸੋਨਾ ਭੇਟਾ ਕਰਨ। ਕੱਢ ਕੇ ਆਖੋ, ਵਾਹਿਗੁਰੂ, ਇੱਥੇ ਅਸ਼ਰਧਾ ਨਾ ਪੈਦਾ ਕਰ ਦਿਓ। ਲੋ ਮਹਾਰਾਜ ਨੂੰ ਸੋਨਾ ਮੰਗਵਾਉਣਾ ਪਿਆ, ਅੱਗੇ ਜਾ ਕੇ ਕੁੰਡੀ ਖੁੱਲੇਗੀ ਇਹਦੀ ਜੀ, ਸਿੱਖ ਸਾਨੂੰ ਸੋਨਾ ਭੇਟਾ ਕਰਨ। ਹਾਂਜੀ, ਹੇਮ ਬੰਗਲਾ ਗੁਰੂ ਬਣਾਵੇ ਹੈ, ਕਿਉਂ ਆਪਾਂ ਸੋਨੇ ਦਾ ਘਰ ਬਣਾਉਣਾ ਭਾਈ। ਹਾਂਜੀ, ਯਾਂ ਤੇ ਸਭ ਹੀ ਕੰਚਨ ਲਿਆਵੇ, ਇਸ ਕਰਕੇ ਸਾਰੀਆਂ ਸੰਗਤਾਂ ਸੋਨਾ ਲੈ ਕੇ ਛੇਤੀ ਤੋਂ ਛੇਤੀ ਆਨੰਦਪੁਰ ਸਾਹਿਬ ਪਹੁੰਚੋ। ਸੁਨਤ ਲਿਖਾਰੀ ਲਿਖ ਸਮਦਾਏ, ਲਿਖਾਰੀ ਨੇ ਸੋਨੇ ਵਾਲਾ ਹੁਕਮਨਾਮਾ ਸਾਰੀਆਂ ਸੰਗਤਾਂ ਨੂੰ ਲਿਖ ਕੇ ਭੇਜ ਦਿੱਤਾ, ਸੰਗਤਾਂ ਮਹਾਰਾਜ ਦੇ ਵਾਸਤੇ ਸੋਨਾ ਭੇਜੋ ਭਾਈ। ਹੋਏ ਇੱਕ ਬੀਸ ਰਜਤ ਪਤ ਤੋਲਾ, ਉਦੋਂ 21 ਰੁਪਈਏ ਤੋਲਾ ਸੋਨਾ ਸੀ ਭਾਈ ਸੰਤੋਖ ਸਿੰਘ ਜੀ ਕਹਿੰਦੇ। ਗੱਜ ਕੇ ਆਖੋ, ਵਾਹਿਗੁਰੂ, ਜਦੋਂ 1 ਰੁਪਈਆ ਨਹੀਂ ਕਿਸੇ ਦੀ ਜੇਬ 'ਚ ਹੁੰਦਾ ਜੀ, 10ਵੇਂ ਪਾਤਸ਼ਾਹ ਦੇ ਸਮੇਂ ਅਮੀਰ ਬੰਦਿਆਂ ਦੀ ਜੇਬ 'ਚ 1 ਰੁਪਈਆ ਹੁੰਦਾ ਸੀ, ਆ 10ਵੇਂ ਪਾਤਸ਼ਾਹ ਦਾ ਤਾਂ ਚਲੋ ਬਚਨ ਸਾਧ ਸੰਗਤ ਜੀ 350 ਸਾਲ ਹੋ ਗਏ ਹੈ, ਥੋੜ੍ਹੇ ਸਾਲ ਪਹਿਲਾਂ ਹੀ ਇੱਕ ਸਦੀ ਪਹਿਲਾਂ ਚਲ ਜਾਓ, ਮਾਇਆ ਹੀ ਨਹੀਂ ਕਿੱਥੋਂ ਹੁੰਦੀ ਸੀ ਲੋਕਾਂ ਕੋਲ ਜੀ, ਬੜੇ ਸੰਕੋਚਵੀ ਮਾਇਆ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਵੇਲੇ 21 ਰੁਪਈਏ ਤੋਲਾ ਸੋਨਾ ਸੀਗਾ। ਹਾਂਜੀ, ਅਸ ਕੁੰਦਨ ਆਨੇ ਬਹੁ ਮੋਲਾ, ਉਹ ਜਿਹੜਾ ਸੋਨਾ ਹੁੰਦਾ ਸੀ ਉਹ ਪੂਰਨ ਸ਼ੁੱਧ ਹੁੰਦਾ ਸੀਗਾ। ਹਾਂਜੀ, ਅਸ ਨੇ ਹੋਏ ਤਾਂ ਲੀਜੈ ਮੋਲ, ਮਹਾਰਾਜ ਨੇ ਹੁਕਮਨਾਮਿਆਂ 'ਚ ਲਿਖਿਆ ਭਾਈ ਜੇ ਤੇ ਸੋਨਾ ਕੋਲ ਹੈ ਤੇ ਆਨੰਦਪੁਰ ਸਾਹਿਬ ਭੇਜ ਦਿਓ, ਜਿਹਦੇ ਕੋਲ ਸੋਨਾ ਕੋਲ ਨਹੀਂ ਉਹ ਖਰੀਦ ਕੇ ਭੇਜੇ। ਮਹਾਰਾਜ ਕਹਿੰਦੇ ਹਾਂਜੀ, ਆਨੋ ਜਹ ਕਹਿ ਤਹ ਲੇਹੋ ਤੋਲ, ਜਿੱਥੋਂ ਕਿੱਥੋਂ ਵੀ ਭਾਈ ਸੋਨਾ ਜਿਸ ਤਰੀਕੇ ਨਾਲ ਵੀ ਭੇਜਣਾ ਭੇਜੋ ਆਨੰਦਪੁਰ ਸਾਹਿਬ। ਨੇੜੇ ਦੂਰ ਹੁਕਮ ਲਿਖ ਪਠਿਓ, ਨੇੜ ਦੀਆਂ ਸੰਗਤਾਂ ਨੂੰ ਦੂਰ ਦੀਆਂ ਸੰਗਤਾਂ ਨੂੰ ਹਰ ਪਾਸੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਹੁਕਮਨਾਮਾ ਭੇਜ ਦਿੱਤਾ ਗਿਆ ਜੀ। ਖੋਲਿਓ ਕਾਗਦ ਸਿੱਖਣ ਪਠਿਓ, ਹੁਕਮਨਾਮੇ ਖੋਲ ਖੋਲ ਕੇ ਚਿੱਠੀਆਂ ਪੱਤਰ ਖੋਲ ਖੋਲ ਕੇ ਗੁਰੂ ਕੇ ਸਿੰਘ ਪੜ੍ਹਦੇ, ਭਾਈ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਨੇ ਦੀ ਸੇਵਾ ਆਰੰਭ ਕੀਤੀ ਹੈ। ਲੈ ਲੈ ਕੰਚਨ ਕੋ ਚੱਲ ਆਏ, ਸੋਨਾ ਲੈ ਲੈ ਕੇ ਸਾਰੇ ਸਿੱਖ ਮਹਾਰਾਜ ਗਰੀਬ ਨਵਾਜ ਜੀ ਦੀ ਹਾਜ਼ਰੀ ਵਿੱਚ ਪਹੁੰਚਣਾ ਸ਼ੁਰੂ ਹੋ ਗਏ ਜੀ। ਹਾਂਜੀ, ਕੁੰਦਨ ਕੀ ਸ਼ੁਭ ਜਿਨਸ ਲਿਆਏ, ਗੱਜ ਕੇ ਆਖੋ, ਤੇ ਸੋਨਿਆ ਵਧੀਆ ਕਿਸਮ ਦਾ ਸੋਨਾ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਲੈ ਕੇ ਆਉਣਾ ਸ਼ੁਰੂ ਹੋ ਗਈਆਂ ਜੀ। ਹਾਂਜੀ, ਸ਼੍ਰੀ ਕਲਗੀਧਰ ਕਹਿਓ ਲਿਖੀ ਜੈ, ਜਗਨਨਾਥ ਪਰ ਹੁਕਮ ਪਠੀਜੈ, ਗੱਜ ਕੇ ਆਖੋ। ਤੇ ਮਹਾਰਾਜ ਨੇ ਨਾ ਚਿੱਠੀ ਲਿਖਣ ਵਾਲੇ ਨੂੰ ਆਖਿਆ, ਮਹਾਰਾਜ ਕਹਿੰਦੇ ਭਾਈ ਇੱਕ ਚਿੱਠੀ, ਮਹਾਰਾਜ ਕਹਿੰਦੇ ਜਗਨਨਾਥਪੁਰੀ ਲੈ ਕੇ ਚੱਲੋ ਸਾਡਾ ਹੁਕਮਨਾਮਾ। ਸਿੱਖ ਕਹਿੰਦਾ ਮਹਾਰਾਜ ਕਿਹਦੇ ਨਾਮ 'ਤੇ ਚਿੱਠੀ ਭੇਜਣੀ ਹੈ। ਹਾਂਜੀ, ਪੁਰਸ਼ੋਤਮ ਪਰ ਲਿਖਿਓ ਪਠਾਇਓ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿਣ ਲੱਗੇ ਜਗਨਨਾਥਪੁਰੀ ਦੇ ਮਾਲਕ ਨੂੰ ਦੇ ਦਿਓ ਚਿੱਠੀ। ਗੱਜ ਕੇ ਆਖੋ, ਵਾਹਿਗੁਰੂ, ਉਹ ਜਗਨਨਾਥ ਸੀਗੇ ਜੀ। ਮਹਾਰਾਜ ਕਹਿੰਦੇ ਉਹਨਾਂ ਨੂੰ ਚਿੱਠੀ ਦੇ ਕੇ ਆਓ, ਸਾਨੂੰ ਸੋਨਾ ਚਾਹੀਦਾ ਹੈ। ਹਾਂਜੀ, ਹੁਕਮ ਮੇਵੜਾ ਲੈ ਕਰ ਧਾਇਓ, ਉਹ ਸਿੱਖ ਸਤ ਬਚਨ ਕਰਕੇ ਤੁਰ ਪਿਆ ਜਗਨਨਾਥਪੁਰੀ ਨੂੰ। ਹਾਂਜੀ, ਹੋਤੇ ਜੋ ਪਾਂਡੇ ਤੇ ਪ੍ਰਧਾਨਾ, ਜਗਨਨਾਥਪੁਰੀ ਉਹ ਪੁਰੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਿਆ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਇਹ ਸ਼ਬਦ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਨੇ ਜਗਨਨਾਥਪੁਰੀ ਵਿੱਚ ਉਚਾਰਿਆ ਸੀਗਾ। ਗੁਰੂ ਕਾ ਸਿੰਘ ਜਗਨਨਾਥਪੁਰੀ ਵਿੱਚ ਹੁਕਮਨਾਮਾ ਲੈ ਕੇ ਪਹੁੰਚ ਗਿਆ। ਹਾਂਜੀ, ਹੋਤੇ ਜੋ ਪਾਂਡੇ ਤੇ ਪ੍ਰਧਾਨਾ, ਉੱਥੋਂ ਦੇ ਜਿਹੜੇ ਮੁਖੀ ਸਨ, ਸਭ ਤੋਂ ਵੱਡੇ ਪਾਂਡੇ ਭਾਵ ਸਭ ਤੋਂ ਵੱਡੇ ਪੁਜਾਰੀ ਜਿਹੜੇ ਸਨ ਉਸ ਮੰਦਿਰ ਦੇ, ਹਾਂਜੀ, ਕਾਗਜ਼ ਦੀਏ ਤਿੰਨੋਂ ਕੋ ਪਾਨਾ, ਸਿੰਘ ਨੇ ਉਹਨਾਂ ਦੇ ਹੱਥ ਵਿੱਚ ਕਾਗਜ਼ ਫੜਾ ਦਿੱਤਾ, ਚਿੱਠੀ ਫੜਾ ਦਿੱਤੀ,
ਹੁਕਮਨਾਮਾ ਫੜਾ ਦਿੱਤਾ। ਪੜ ਸੁਣ ਹੁਕਮ ਸਕਲ ਬਿਸਮਾਏ। ਉਹ ਮਹਾਰਾਜ ਦਾ ਹੁਕਮਨਾਮਾ ਪੜ ਕੇ ਤੇ ਸੁਣ ਕੇ ਬੜੇ ਹੈਰਾਨ ਹੋਏ। ਅਸੇ ਇਹ ਜੀ ਹੁਕਮ ਹੈ ਤੁਹਾਨੂੰ, ਸੋਨਾ ਭੇਜੋ। ਹੁਣ ਇਕਦਮ ਹੁਕਮ ਆ ਜੇ ਤੇ ਬੰਦਾ ਹੈਰਾਨ ਹੋ ਜਾਂਦਾ। ਹਾਂਜੀ, ਜਗਨਨਾਥ ਪਰ ਕੌਣ ਪਠਾਏ। ਉਹ ਕਹਿੰਦੇ ਵੀ ਜਗਨਨਾਥ ਨੂੰ ਕਿੰਨੇ ਹੁਕਮ ਲਾ ਦਿੱਤਾ। ਗੱਜ ਕੇ ਆਖੋ ਵੀ ਇਹਨਾਂ ਤੇ ਸਿੱਧਾ ਹੀ ਐਡਰੈਸ ਕਹਿੰਦੀ, ਐਡਰੈਸ ਹੀ ਚਿੱਠੀ ਜਗਨਨਾਥ ਜੀ ਨੂੰ ਕੀਤੀ ਹੈ। ਇਹ ਕਿੰਨੇ ਹੁਕਮਨਾਮਾ ਲਾ ਦਿੱਤਾ ਹੈ। ਹਾਂਜੀ, ਹਮ ਤੋ ਕਿਸ ਕੋ ਜਾਣਹ ਨਾਹੀਂ। ਨਾਲੇ ਥੱਲੇ ਲਿਖਿਆ, ਸਾਈਨ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਿੱਠੀ ਤੇ, ਦਸਖਤ ਮਹਾਰਾਜ ਨੇ ਆਪਣੇ ਕਰਤੇ। ਉਹ ਜਿਹੜੇ ਪਾਂਡੇ ਸੀ ਮੁਖੀ ਪੁਜਾਰੀ, ਉਹ ਕਹਿੰਦਾ ਵੀ ਅਸੀਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਜਾਣਦੇ। ਗੱਜ ਕੇ ਆਖੋ ਵਾਹਿਗੁਰੂ। ਚਲੋ ਉਹਨੇ ਨਹੀਂ ਨਾਮ ਸੁਣਿਆ ਹੋਏਗਾ। ਹਾਂਜੀ, ਐਸੋ ਕੌਣ ਭਇਓ ਜਗ ਮਾਹੀ। ਇਹੋ ਜਿਹਾ ਕਿਹੜਾ ਹੈ ਜਿਹਨੇ ਸਾਡੇ ਜਗਨਨਾਥ ਜੀ ਨੂੰ ਹੁਕਮ ਲਾ ਦਿੱਤਾ ਵੀ ਸੋਨਾ ਭੇਜੋ। ਹਾਂਜੀ, ਰਹਿਓ ਮੇਵੜਾ ਨਿਸ ਬਿਸਰਾਮੂ। ਤੇ ਗੁਰੂ ਕਾ ਸਿੱਖ ਨੇ ਰਾਤ ਆਰਾਮ ਕੀਤਾ ਜੀ ਉੱਥੇ ਜਗਨਨਾਥਪੁਰੀ ਵਿੱਚ। ਹਾਂਜੀ, ਲਖ ਹੈ ਕਰਹਿੰਗੇ ਸਤਿਗੁਰ ਕਾਮੂ। ਪੁਜਾਰੀ ਨੇ ਕਹਿ ਦਿੱਤਾ ਵੀ ਇਹ ਸੋਨਾ ਨਹੀਂ ਮਿਲਣਾ ਤੁਹਾਨੂੰ ਇੱਥੋਂ, ਅਸੀਂ ਜਾਣਦੇ ਹੀ ਨਹੀਂ ਕਿਸੇ ਨੂੰ। ਨਾਲੇ ਇਹ ਕੋਈ ਗੱਲ ਥੋੜ੍ਹੀ ਹੈਗੀ ਹੈ, ਚਿੱਠੀ ਜਗਨਨਾਥ ਜੀ ਦੇ ਨਾਮ 'ਤੇ ਲਿਖ ਦਿੱਤੇ ਵੀ ਸੋਨਾ ਭੇਜ ਦਿਓ। ਕੱਜ ਕੇ ਆਖੋ ਵਾਹਿਗੁਰੂ। ਹੈਂ, ਇਹ ਕੋਈ ਗੱਲ ਥੋੜ੍ਹੀ ਹੈਗੀ ਹੈ ਕਹਿੰਦੇ ਕਿਸੇ ਬੰਦੇ ਦੇ ਨਾਂ 'ਤੇ ਭੇਜਣ 'ਤੇ ਮੰਨਿਆ ਵੀ ਜਾਵੇ। ਇਹਦਾ ਮਤਲਬ ਹੈ ਵੀ ਜਗਨਨਾਥ ਜੀ ਨੂੰ ਬੰਦਿਆਂ 'ਚ ਨਹੀਂ ਉਹ ਗਿਣਦੇ। ਕੱਜ ਕੇ ਆਖੋ ਵਾਹਿਗੁਰੂ ਜੀ। ਭਰੋਸਾ ਹੀ ਨਹੀਂ ਹੈਗਾ ਵੀ ਉਹ ਹੈਗੇ ਆ, ਭਰੋਸਾ ਹੀ ਨਹੀਂ ਹੈਗਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦਾ ਸਿੱਖ ਉੱਥੇ ਰਾਤ ਰੁਕ ਗਿਆ। ਉਹਨੂੰ ਪਤਾ ਸੀ ਵੀ ਮਹਾਰਾਜ ਨੇ ਆਪੇ ਕਾਰਜ ਬਣਾ ਦੇਣਾ। ਜੇ ਮਹਾਰਾਜ ਨੇ ਮੈਨੂੰ ਭੇਜਿਆ ਇੱਥੇ ਤੇ ਮਹਾਰਾਜ ਕੰਮ ਵੀ ਆਪੇ ਬਣਾਉਣਗੇ। ਹਾਂਜੀ, ਤਿੰਨ ਕੋ ਲਿਖਿਓ ਵਿਅਰਥ ਨਾ ਜਾਵੇ। ਉਹਨਾਂ ਦਾ ਲਿਖਿਆ ਹੋਇਆ ਹੁਕਮਨਾਮਾ ਵਿਅਰਥ ਥੋੜ੍ਹੀ ਜਾਏਗਾ ਮਹਾਰਾਜ ਦਾ। ਮਹਾਰਾਜ ਨੇ ਉਚੇਚਾ ਭੇਜਿਆ, ਮੈਨੂੰ ਐਵੇਂ ਭੇਜ ਦਿੱਤਾ ਗੁਰੂ ਸਾਹਿਬ ਨੇ। ਪੁਰਸ਼ੋਤਮ ਗੁਰ ਕਾਰ ਦੀ ਵਾਵੇ। ਤੇ ਆਪੇ ਹੀ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਕਿਸੇ ਨਾ ਕਿਸੇ ਤਰੀਕੇ ਨਾਲ ਦੇ ਦੇਣਗੇ। ਹਾਂਜੀ, ਤਹਿ ਕੋ ਜੋ ਰਾਜਾ ਧਰਮਾਰਤ। ਕੱਜ ਕੇ ਆਖੋ, ਫਿਰ ਆਖੋ। ਉੱਥੋਂ ਦਾ ਰਾਜਾ ਬੜਾ ਧਰਮਾਤਮਾ ਸੀਗਾ ਜੀ, ਜਗਨਨਾਥਪੁਰੀ ਦਾ। ਹਾਂਜੀ, ਲਖੈ ਜੋ ਠਾਕੁਰ ਕੋ ਬੜ ਮਹਾਤਮ। ਉਹ ਠਾਕਰਾਂ ਦੀ ਬੜੀ ਪੂਜਾ ਕਰਦਾ ਹੈ ਜੀ, ਉੱਥੇ ਜਗਨਨਾਥ ਮੰਦਿਰ ਦੇ ਅੰਦਰ ਬੜੀ ਪੂਜਾ ਕਰਦਾ ਹੈ ਜੀ, ਉਹ ਮੂਰਤੀਆਂ ਦੀ ਪੂਜਾ ਕਰਦਾ ਠਾਕਰਾਂ ਦੀ। ਹਾਂਜੀ, ਭਾਈ ਜਾਮਨੀ ਏਕਲ ਥਰਿਓ, ਜਗਨਨਾਥ ਤਬ ਸ਼ਬਦ ਉਚਰਿਓ। ਰਾਤ ਦਾ ਸਮਾਂ ਉੱਧਰ ਮਹਾਰਾਜ ਦਾ ਭੇਜਿਆ ਹੋਇਆ ਸਿੰਘ ਆਰਾਮ ਕਰਨ ਦਿਆ, ਸਾਰੀ ਜਗਨਨਾਥਪੁਰੀ ਆਰਾਮ ਕਰਨ ਦੀ ਹੈ, ਰਾਜਾ ਵੀ ਕਰਨ ਦਿਆ। ਅਤੇ ਰਾਜੇ ਨੂੰ ਸਾਧ ਸੰਗਤ ਜੀ, ਭਾਈ ਜਾਮਨੀ ਏਕਲ ਥਿਰਿਓ, ਜਗਨਨਾਥ ਤਬ ਸ਼ਬਦ ਉਚਰਿਓ, ਗੱਜ ਕੇ ਆਖੋ ਵਾਹਿਗੁਰੂ। ਅਤੇ ਜਗਨਨਾਥ ਨੂੰ, ਵਾਹਿਗੁਰੂ ਰਾਜੇ ਨੂੰ ਫਿਰ ਜਗਨਨਾਥ ਦੀ ਆਵਾਜ਼ ਆਈ ਜੀ। ਹਾਂਜੀ, ਅਪਰ ਨਾ ਸੁਣਹੈ ਸਰਬ ਪਰ ਸੋਏ। ਹੋਰ ਨੀ ਕਿਸੇ ਨੇ ਜਗਨਨਾਥ ਜੀ ਦੀ ਆਵਾਜ਼ ਸੁਣੀ ਜੀ। ਹਾਂਜੀ, ਭੂਪਤ ਸੁਣਹੈ ਕਹਿਓ ਸਭ ਜੋਏ। ਭੂਪਤ ਸੁਣਹੈ ਕਹਿਓ ਪ੍ਰਭ ਜੋਏ। ਕਹਿੰਦੇ ਰਾਜੇ ਮੈਂ ਜਗਨਨਾਥ ਬੋਲ ਰਿਹਾ, ਤੇਰਾ ਭਗਵਾਨ। ਖੱਜ ਕੇ ਆਖੋ ਵਾਹਿਗੁਰੂ। ਜਿਹੜੇ ਤੂੰ ਪੂਜਾ ਕਰਦਾ ਜਗਨਨਾਥ ਜੀ ਕਹਿੰਦੇ ਆ, ਜਿਹਨਾਂ ਨੂੰ ਜਿਹਨੂੰ ਤੂੰ ਮੰਨਦਾ ਮੈਂ ਉਹ ਬੋਲ ਰਿਹਾ, ਮੇਰੀ ਆਵਾਜ਼ ਕਿਸੇ ਹੋਰ ਨੂੰ ਨਹੀਂ ਸੁਣਨੀ। ਕੋਈ ਭਾਵੇਂ ਜਾਗੇ ਭਾਵੇਂ ਸੋਵੇ, ਇਹ ਆਵਾਜ਼ ਅਪਾਖਿਆ ਤੈਨੂੰ ਹੀ ਹੋ ਰਹੀ ਹੈ ਬਸ, ਤੇ ਮੈਨੂੰ ਪਰਮੇਸ਼ਰ ਦਾ ਹੁਕਮ ਲੱਗਾ ਹੈ। ਗੱਜ ਕੇ ਆਖੋ ਵਾਹਿਗੁਰੂ। ਮੈਨੂੰ ਪਰਮੇਸ਼ਰ ਦਾ ਹੁਕਮ ਲੱਗਾ, ਜਿਹੜਾ ਮੈਨੂੰ ਪਰਮੇਸ਼ਰ ਦਾ ਹੁਕਮ ਲੱਗਾ ਉਹ ਤੈਨੂੰ ਮੈਂ ਹੂ ਬਹੂ ਸੁਣਾਉਂਦਾ। ਹਾਂਜੀ, ਭੋ ਮਹਿ ਪਾਲਕ ਮਮ ਅਵਤਾਰ। ਮੈਨੂੰ ਇਹ ਆਖਿਆ ਪਰਮੇਸ਼ਰ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮੇਰਾ ਆਪਣਾ ਅਵਤਾਰ ਹਨ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਸਾਹਿਬ ਪਰਮੇਸ਼ਰ ਜੀ ਦਾ ਆਪਣਾ ਅਵਤਾਰ ਨੇ, ਇਹ ਮੈਨੂੰ ਪਰਮੇਸ਼ਰ ਜੀ ਨੇ ਆਪ ਦੱਸਿਆ ਹੈ ਤੇ ਮੈਂ ਤੈਨੂੰ ਅੱਗੋਂ ਦੱਸ ਰਿਹਾ। ਹਾਂਜੀ, ਲੀਨੋ ਸਤਿਗੁਰ ਕੋ ਤਨ ਧਾਰ। ਇਸ ਸਮੇਂ ਪਰਮੇਸ਼ਰ ਜੀ ਨੇ ਸਤਿਗੁਰੂ ਜੀ ਦਾ ਸਰੀਰ ਧਾਰਨ ਕੀਤਾ ਹੈ। ਗੱਜ ਕੇ ਆਖੋ, ਤੇ ਨਾਲ ਇਹ ਵੀ ਗੱਜ ਕੇ ਆਖੋ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਇਹ ਤੇ ਸਾਧ ਸੰਗਤ ਜੀ ਦੀ ਅਵਸਥਾ ਹੈ ਉਹਨੂੰ ਪਤਾ ਹੈ।
ਹਾਂਜੀ ਕਿੱਥੋਂ ਮੰਨਦਾ ਜੀ ਬੰਦਾ ਜੀ ਛੇਤੀ ਜੀ ਇਸ ਸਮੇਂ ਪਰਮੇਸ਼ਰ ਜੀ ਨੇ ਸਤਿਗੁਰੂ ਜੀ ਦਾ ਅਵਤਾਰ ਧਾਰਨ ਕੀਤਾ ਰਾਜੇ ਹਾਂਜੀ ਰਾਖਣ ਹਿੰਦ ਪੁਨੇ ਕੀ ਲਾਜ ਤੇ ਸਾਰਿਆਂ ਦੀ ਲਾਜ ਰੱਖਣ ਵਾਸਤੇ ਹਿੰਦੂ ਵੀਰਾਂ ਦੀ ਲਾਜ ਰੱਖਣ ਵਾਸਤੇ ਹਿੰਦੂਆਂ ਦੀ ਲਾਜ ਰੱਖੀ ਆ ਉਹਨਾਂ ਨੇ ਆਪਣਾ ਪਿਤਾ ਤੋਰਿਆ ਆਪਣਾ ਹਾਂਜੀ ਅਪਰ ਅਨੇਕ ਸੁਧਾਰਨ ਕਾਜ ਇਸ ਜਗਤ ਉੱਤੇ ਸਤਿਗੁਰੂ ਦਾ ਰੂਪ ਧਾਰ ਕੇ ਪਰਮੇਸ਼ਰ ਨੇ ਹੋਰ ਬੜੇ ਕਾਰਜ ਕਰਨੇ ਹੈ ਹੋਰ ਬੜੇ ਮਹਾਨ ਮਹਾਨ ਕਾਰਜ ਕਰਨੇ ਹੈ ਹਾਂਜੀ ਦਿੱਲੀ ਮਹਿ ਤੁਰਕੇਸ਼ ਨਿਕੇਤ ਦਿੱਲੀ ਦੇ ਵਿੱਚ ਜਿਹੜਾ ਤੁਰਕੇਸ਼ ਹੈ ਔਰੰਗਜ਼ੇਬ ਹਾਂਜੀ ਰਾਜ ਤੇਜ ਤਿਨ ਖੋਵਨ ਹੇਤ ਤੇ ਰਾਜੇ ਇਹ ਜਿਹੜਾ ਅਵਤਾਰ ਧਾਰਨ ਕੀਤਾ ਉਹਦਾ ਰਾਜ ਤੇਜ ਤੇਜ ਪ੍ਰਭਾਵ ਖੋਣ ਵਾਸਤੇ ਧਾਰਨ ਕੀਤਾ ਗੱਜ ਕੇ ਆਖੋ ਵਾਹਿਗੁਰੂ ਇਹ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ ਪਰਮੇਸ਼ਰ ਜੀ ਦਾ ਅਵਤਾਰ ਆਏ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਂਜੀ ਸਭ ਪਰ ਹੁਕਮ ਗੁਰੂ ਕੋ ਭਇਓ ਤੇ ਇਸ ਸਮੇਂ ਗੁਰੂ ਜੀ ਦਾ ਸਾਰਿਆਂ ਉੱਤੇ ਹੁਕਮ ਹੈ ਭਾਈ ਸੋਨਾ ਭੇਜਣਾ ਆਨੰਦਪੁਰ ਸਾਹਿਬ ਹਾਂਜੀ ਕੁੰਦਨ ਦੇਸ਼ ਵਿਦੇਸ਼ਨ ਲਇਓ ਤੇ ਦੇਸ਼ਾਂ ਵਿਦੇਸ਼ਾਂ ਤੋਂ ਸਤਿਗੁਰੂ ਜੀ ਨੇ ਸੋਨਾ ਮੰਗਵਾਇਆ ਹਾਂਜੀ ਸੋ ਮੇਰੋ ਹੀ ਹੁਕਮ ਪਛਾਣ ਤੇ ਇਹ ਜਿਹੜਾ ਗੁਰੂ ਜੀ ਦਾ ਹੁਕਮ ਹੈ ਕਿਉਂਕਿ ਤੂੰ ਮੈਨੂੰ ਮੰਨਦਾ ਹੈ ਮੇਰੀ ਪੂਜਾ ਕਰਦਾ ਹੈ ਇਸ ਕਰਕੇ ਮੈਂ ਕਹਿੰਦਾ ਗੁਰੂ ਜੀ ਦੇ ਹੁਕਮ ਨੂੰ ਮੇਰਾ ਹੁਕਮ ਸਮਝ ਗੱਜ ਕੇ ਆਖੋ ਵਾਹਿਗੁਰੂ ਗੁਰੂ ਜੀ ਦੇ ਹੁਕਮ ਨੂੰ ਮੇਰਾ ਹੁਕਮ ਸਮਝ ਹਾਂਜੀ ਔਰ ਸੰਦੇਹ ਨਾ ਆਨੋ ਆਨ ਕਿਸੇ ਪ੍ਰਕਾਰ ਦਾ ਸ਼ੱਕ ਨਾ ਕਰੀ ਉਹਨਾਂ ਦਾ ਸਿੱਖ ਇੱਥੇ ਆਇਆ ਇਸ ਸਮੇਂ ਆਰਾਮ ਕਰ ਰਿਹਾ ਉਹਨਾਂ ਦੇ ਸਿੱਖ ਤੇ ਕਿਸੇ ਪ੍ਰਕਾਰ ਦਾ ਸ਼ੱਕ ਨਾ ਕਰੀ ਹਾਂਜੀ ਹਮਰੀ ਦਿਸ਼ਤੇ ਦੇਹੋ ਸੌ ਤੋਲਾ ਤੇ ਸਾਡੇ ਵੱਲੋਂ ਸੌ ਤੋਲਾ ਸਿੱਖ ਨੂੰ ਭੇਟਾ ਕਰਦੇ ਸੋਨੇ ਦਾ ਗੱਜ ਕੇ ਆਖੋ ਵਾਹਿਗੁਰੂ ਇਹ ਮੈਨੂੰ ਹਿਸਾਬ ਕਿਤਾਬ ਨਹੀਂ ਪਤਾ ਕੱਲ ਨੂੰ ਦੱਸੂਗਾ ਸੌ ਤੋਲਾ ਕਿੰਨਾ ਕੁ ਸੋਨਾ ਹੁੰਦਾ ਜੀ ਅੱਜ ਦੀ ਭਾਸ਼ਾ ਇੱਕ ਕਿਲੋ ਜੀ ਇੱਕ ਕਿਲੋ ਸੋਨਾ ਜੀ ਹਾਂਜੀ ਇੱਕ ਕਿਲੋ ਸੋਨਾ ਅੱਜ ਦੀ ਭਾਸ਼ਾ 'ਚ ਕਹਿ ਰਿਹਾ ਸੌ ਤੋਲਾ ਸੋਨਾ ਤੂੰ ਮੇਰੇ ਵੱਲੋਂ ਭੇਟਾ ਕਰਦੇ ਮੇਰੇ ਵੱਲੋਂ ਭੇਟਾ ਕਰਦੇ ਸ਼ੱਕ ਨਾ ਕਰੀ ਉਹਨਾਂ 'ਤੇ ਉਹ ਰੱਬ ਹੀ ਗੱਜ ਕੇ ਆਖੋ ਵਾਹਿਗੁਰੂ ਉਹ ਪਰਮੇਸ਼ਰ ਦਾ ਰੂਪ ਏ ਸੌ ਕਿਲੋ ਸੋ ਵਾਹਿਗੁਰੂ ਇੱਕ ਕਿਲੋ ਸੋਨਾ ਦੇ ਦੇ ਭਾਵ ਸੌ ਤੋਲੇ ਹਾਂਜੀ ਕੁੰਦਨ ਜਿਨਸ ਹੋਏ ਬਹੁ ਮੋਲਾ ਪਰ ਇੱਕ ਗੱਲ ਚੇਤਾ ਰੱਖੇ ਨਕਲੀ ਸੋਨਾ ਨਾ ਦਈ ਉਹਨਾਂ ਨੂੰ ਅਰਖੇ ਆਖੋ ਵਾਹਿਗੁਰੂ ਹੇਰਾ ਫੇਰੀ ਵਾਲਾ ਮਹਿਕਮਾ ਸਾਰੀਆਂ ਥਾਵਾਂ 'ਤੇ ਹੈਗਾ ਨਾ ਜੀ ਇਹ ਮਹਿਕਮਾ ਸਭ ਥਾਵਾਂ 'ਤੇ ਆਪੇ ਹੀ ਪਹੁੰਚ ਜਾਂਦਾ ਹੈ ਜੀ ਆਪੇ ਹੀ ਜੀ ਵੇਖੀ ਕਿਤੇ ਨਕਲੀ ਨਾ ਦਈ ਸ਼ੁੱਧ ਸੋਨਾ ਭੇਟਾ ਕਰਨਾ ਹੀ ਗੁਰੂ ਜੀ ਨੂੰ ਮੇਰੇ ਵੱਲੋਂ ਹਾਂਜੀ ਅਹੈ ਮੇਵਰਾ ਪੁਰੀ ਮਝਾਰੇ ਗੁਰੂ ਜੀ ਦਾ ਮੇਵੜਾ ਸਿੱਖ ਜਿਹੜਾ ਹੁਕਮਨਾਮਾ ਲੈ ਕੇ ਆਇਆ ਉਹ ਪੁਰੀ ਵਿੱਚ ਬੈਠਾ ਹੈ ਭਾਵ ਇਸੇ ਨਗਰ ਵਿੱਚ ਹੈ ਇਸ ਸਮੇਂ ਹਾਂਜੀ ਤਿਸ ਕੋ ਨਿਕਟ ਹਕਾਰ ਸਕਾਰੇ ਦਿਨ ਚੜ੍ਹਦਿਆਂ ਹੀ ਉਹਨੂੰ ਆਪਣੇ ਕੋਲ ਸੱਦ ਤੇ ਉਹਨੂੰ ਸੱਦ ਕੇ ਸਾਰੀ ਮਾਇਆ ਦੇ ਸੋਨਾ ਦੇ ਹਾਂਜੀ ਸਾਦਰ ਦੀਜੇ ਹਮਰੀ ਦਿਸ਼ ਤੇ ਗੱਜ ਕੇ ਆਖੋ ਤੇ ਉਹ ਜਗਨਨਾਥ ਰਾਤ ਸਮਝਾਉਂਦੇ ਉਹਨੂੰ ਕਹਿੰਦੇ ਰਾਜੇ ਜੇ ਤੇ ਗੁਰੂ ਜੀ ਦੇ ਦਰਸ਼ਨ ਹੋ ਜਾਣ ਤੇਰੇ ਵੱਡੇ ਭਾਗ ਨਹੀਂ ਤੇ ਉਹਨਾਂ ਦੇ ਸਿੱਖ ਦੇ ਦਰਸ਼ਨ ਹੋ ਗਏ ਸਿੱਖ ਦਾ ਵੀ ਸਤਿਕਾਰ ਕਰੀ ਕਹਿੰਦੇ ਸਿੱਖ ਦਾ ਸਤਿਕਾਰ ਕਰੀ ਤੇ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਸੋਨਾ ਦਈ ਗੁਰੂ ਕੇ ਸਿੱਖ ਨੂੰ ਹਾਂਜੀ ਬਿਰਥਾ ਹੁਕਮ ਫਿਰੇ ਨਹਿ ਜਿਸ ਤੇ ਗੁਰੂ ਜੀ ਦਾ ਹੁਕਮ ਬਿਰਥਾ ਨਹੀਂ ਹੈ ਕੋਈ ਕਾਰਨ ਹੋਏਗਾ ਜਿਹੜਾ ਗੁਰੂ ਜੀ ਨੇ ਮੈਨੂੰ ਸੇਵਾ ਵਾਸਤੇ ਸਮਝਿਆ ਯੋਗ ਹੁਣ ਇੱਕ ਗੱਲ ਸੋਚੋ ਜਗਨਨਾਥ ਜੀ ਤੇ ਕਦੋਂ ਦੇ ਸਰੀਰ 'ਤੇ ਅੱਗੇ ਹੋਣਗੇ ਜੀ ਪੂਜਾ ਹੋ ਰਹੀ ਹੈ ਉਹਨਾਂ ਦੀ ਅੱਜ ਵੀ ਜਗਨਨਾਥਪੁਰੀ ਵਿੱਚ ਉਹਨਾਂ ਦੀ ਬੜੀ ਪੂਜਾ ਹੁੰਦੀ ਹੈ ਖੰਡਨ ਮੰਡਨ ਆਪਾਂ ਕਰੀ ਜਾਂਦੇ ਹਾਂ ਪਰ ਕੋਈ ਹੋਏਗੀ ਗੱਲਬਾਤ ਜਿਹੜੀ ਪੂਜਾ ਹੋ ਰਹੀ ਸਾਡੇ ਵਾਸਤੇ ਜੋਬਰ ਚਾਹੋ ਸੋ ਤੁਮ ਤੇ ਪਾਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਗਨਨਾਥਪੁਰੀ ਵਿੱਚ ਅੱਜ ਵੀ ਜਦੋਂ ਰੱਥ ਦੀ ਯਾਤਰਾ ਨਿਕਲਦੀ ਹੈ ਬੜੀ ਉਹਨਾਂ ਦੀ ਮਹਿਮਾ ਹੈ ਅਤੇ ਕਦੋਂ ਦਾ ਸਰੀਰ ਤਿਆਗਿਆ ਇਹ ਸਾਖੀ ਵੀ 300 ਸਵਾ 300 ਸਾਲ ਹੋ ਗਿਆ ਹੋਏਗਾ ਇਹ ਸਾਖੀ ਨੂੰ ਵੀ ਅਤੇ ਤੁਸੀਂ ਵੇਖ ਲਓ ਉਦੋਂ ਦਾ ਜਗਨਨਾਥ ਜੀ ਮਹਾਰਾਜ ਦੀ ਮਹਿਮਾ ਉਦੋਂ ਵੀ ਸਮਝਦੇ ਨੇ ਜੀ ਅਤੇ ਕਦੋਂ ਦਾ ਸਰੀਰ ਤਿਆਗਤਾ ਹੋਏਗਾ ਜੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੇ ਜਾ ਕੇ ਉੱਥੇ ਆਰਤੀ ਦਾ ਸ਼ਬਦ ਉਚਾਰਿਆ ਜੀ
ਇੱਕ ਗੱਲ ਚੇਤਾ ਰੱਖਿਓ, ਇੱਕ ਵਾਰੀ ਪ੍ਰੇਮ ਨਾਲ ਗੱਜ ਕੇ ਅਤੇ ਸਾਵਧਾਨ ਹੋ ਕੇ ਬੈਠੋ, ਆਖੋ ਵਾਹਿਗੁਰੂ। ਇੱਕ ਗੱਲ ਚੇਤਾ ਰੱਖਿਓ, ਜੋ ਵੇਖਦਾ ਇਹ ਤਾਂ ਗੁਰੂ ਜੀ ਦੇ ਹੁਕਮ 'ਚ ਹੈਗਾ, ਜੋ ਨਹੀਂ ਵੇਖਦਾ ਗੁਪਤ ਫੌਜਾਂ, ਉਹ ਵੀ ਬੜੀ ਬੜੀ ਦੁਨੀਆਂ ਬੈਠੀ ਅਤੇ ਉਹ ਵੀ ਗੁਰੂ ਜੀ ਦੇ ਹੁਕਮ ਵਿੱਚ ਹੈ। ਸਾਰਾ ਕੁਛ ਜੀ, ਸਾਰਾ ਕੁਝ ਗੁਰੂ ਜੀ ਦੇ ਹੁਕਮ 'ਚ ਹੈ। ਮਹਾਰਾਜ ਸੱਚੇ ਪਾਤਸ਼ਾਹ ਬੜੇ ਵੱਡੇ ਨੇ, ਬੜੇ ਦਿਆਲੂ ਹਨ, ਬੜੇ ਕਿਰਪਾਲੂ ਹਨ, ਅਤੇ ਜਗਨਨਾਥ ਜੀ ਦੇ ਅੰਦਰ ਕਿੰਨੀ ਮਹਿਮਾ ਹੋਏਗੀ ਗੁਰੂ ਸਾਹਿਬ ਦੇ ਬਾਰੇ। ਜਿਹੜਾ ਚੇਚਾ ਗੁਰੂ ਸਾਹਿਬ ਦਾ ਤਾਂ ਸਤਿਕਾਰ ਕਰਾਉਣਾ, ਕਹਿੰਦੇ ਸਿੱਖ ਦਾ ਵੀ ਬੜਾ ਸਤਿਕਾਰ ਕਰਨਾ, ਤੁਸੀਂ ਖੁਦ ਹਿਸਾਬ ਲਾਓ ਜਗਨਨਾਥ ਜੀ ਆਪ ਗੁਰੂ ਜੀ ਦਾ ਕਿੰਨਾ ਸਤਿਕਾਰ ਕਰਦੇ ਆ ਜੀ। ਕਹਿੰਦੇ ਰਾਜੇ ਮੇਰੇ 'ਤੇ ਕੋਈ ਤਰਸ ਕੀਤਾ, ਜੇ ਉਹਨਾਂ ਹੁਕਮਨਾਮਾ ਲਿਖਿਆ ਮੈਨੂੰ ਕੋਈ ਕਾਰਨ ਹੋਏਗਾ। ਕਹਿੰਦੇ ਔਰ ਇਹ ਔਰ ਸਾਹਮਣੇ ਆ ਕੇ ਨਹੀਂ ਰਾਜੇ ਨੂੰ ਕਹਿ, ਰਾਜੇ ਨੂੰ ਅਪਾਖਿਆ ਹੋਈ ਹੈ ਜੀ, ਉੱਤੋਂ ਆਵਾਜ਼ ਆ ਰਹੀ ਹੈ ਅਤੇ ਰਾਜਾ ਸੁਣ ਰਿਹਾ। ਹਾਂਜੀ, ਸੁਣ ਮਹੀ ਪਾਲਕ ਨਿਸਾ ਬਿਤਾਈ, ਤੇ ਮੇਰੇ 'ਤੇ ਉਹਨਾਂ ਮਿਹਰ ਕੀਤੀ, ਮੇਰੇ ਵੱਲੋਂ ਤੂੰ ਸੋਨਾ ਪਹੁੰਚਾਉਣਾ ਹੈ। ਰਾਜੇ ਨੇ ਰਾਤ ਸੁੱਤਾ, ਵਾਹਿਗੁਰੂ ਰਾਤ ਕਿਸੇ ਤਰੀਕੇ ਨਾਲ ਗੁਜ਼ਾਰੀ। ਰਾਜੇ ਨੇ ਆਪਣੇ ਵੱਡੇ ਭਾਗ ਸਮਝੇ ਵੀ ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਪਰਮੇਸ਼ਰ ਮੰਨਦਾ, ਉਹ ਜਿਨ੍ਹਾਂ ਦਾ ਸਤਿਕਾਰ ਕਰਨ ਦੇ ਉਹਨਾਂ ਦੀ ਸੇਵਾ ਵਿੱਚ ਮੈਨੂੰ ਸੋਨਾ ਭੇਜਣ ਦਾ ਮੌਕਾ ਮਿਲ ਰਿਹਾ ਹੈ। ਹਾਂਜੀ, ਹੋਤ ਪ੍ਰਹਾਤ ਕੇ ਲਿਓ ਬੁਲਾਈ, ਸਵੇਰ ਹੁੰਦਿਆਂ ਹੀ ਸਾਧ ਸੰਗਤ ਜੀ ਉਹਨੇ ਢੂੰਡ ਕਰਾਉਣੀ ਆਰੰਭ ਕਰ ਦਿੱਤੀ ਜੀ, ਭਾਈ ਨਗਰ ਵਿੱਚ ਪਤਾ ਕਰੋ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਆਇਆ, ਕੋਈ ਮੇਵੜਾ ਆਇਆ, ਅਤੇ ਕਰਦਿਆਂ ਕਰਦਿਆਂ ਸਿੱਖ ਲੱਭ ਗਿਆ ਜੀ। ਅਤੇ ਹੋਤ ਪ੍ਰਾਤ ਵਾਹਿਗੁਰੂ ਹੋਤ ਪ੍ਰਾਤ ਘੋਲੇ ਬੁਲਾਈ, ਉਹਨੇ ਫਿਰ ਉਹਨੂੰ ਕੋਲ ਆਪਣੇ ਸੱਦਿਆ ਰਾਜੇ ਨੇ। ਹਾਂਜੀ, ਸੌ ਤੋਲਾ ਕੁੰਦਨ ਮੰਗਵਾਏਸ, ਸੌ ਤੋਲਾ ਸੋਨਾ ਫਿਰ ਉਹਨੇ ਮੰਗਵਾਇਆ ਜੀ। ਹਾਂਜੀ, ਪਾਰਖ ਢਿੱਗ ਨੀਕੇ ਪਰਖਾਏ, ਉਹਨੂੰ ਰਾਤੀ ਹੁਕਮ ਹੋਇਆ ਵੇਖੀ ਕਿਤੇ ਅਸ਼ੁੱਧ ਨਾ ਭੇਜ ਦੀ ਉੱਥੇ ਗੱਜ ਕੇ ਆਖੋ। ਅਤੇ ਆਪਾਂ ਵੀ ਗੁਰੂ ਘਰ ਕੋਈ ਵਸਤੂ ਲੈ ਕੇ ਆਉਣੀ ਅਤੇ ਕੋਸ਼ਿਸ਼ ਕਰਿਆ ਕਰੀਏ ਸ਼ੁੱਧ ਵਸਤੂ ਲੈ ਕੇ ਆਉਣ ਦੀ ਜੀ, ਸ਼ੁੱਧ ਵਸਤੂ ਹੋਵੇ। ਜਦੋਂ ਗੁਰੂ ਸਾਹਿਬ ਸ਼ੁੱਧ ਹੈ ਤਾਂ ਸ਼ੁੱਧ ਹੀ ਵਸਤੂ ਭੇਟਾ ਕਰਨੀ ਚਾਹੀਦੀ ਹੈ ਜੀ। ਹਾਂਜੀ, ਸ਼ੁੱਧ ਵਸਤੂ ਹੋਵੇ, ਪਿਓਰ ਹੋਵੇ ਜੀ, ਨਕਲੀ ਜੀ ਨਹੀਂ ਹੋਵੇ ਜੀ। ਉਹਨੇ ਪਾਰਖ ਕੇ ਢਿੱਗ ਨੀਕੇ ਪਰਖਾਇਸ, ਉਹਨੇ ਪਾਰਖੂਆਂ ਕੋਲੋਂ ਸੋਨਾ ਚੰਗੀ ਤਰ੍ਹਾਂ ਪਰਖਵਾਇਆ। ਹਾਂਜੀ, ਦਿਓ ਤੋਲ ਕਰ ਲੇਸੋ ਆਇਓ, ਸੌ ਤੋਲਾ ਸੋਨਾ ਸਤਿਗੁਰ ਨਿਕਟ ਆਨ ਅਰ ਪਾਇਓ, ਤੇ ਉਹਨੇ ਫਿਰ ਗੁਰੂ ਕੇ ਸਿੱਖ ਨੂੰ ਅਰਪਿਤ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਕਹਿੰਦਾ ਲੈ ਭਾਈ ਸਿੱਖਾ, ਮੈਨੂੰ ਰਾਤ ਹੀ ਹੁਕਮ ਲੱਗਾ ਸੀਗਾ ਮੇਰੇ ਗੁਰੂ ਦਾ ਵੀ ਤੇਰੇ ਗੁਰੂ ਨੂੰ ਸੋਨਾ ਦੇਣਾ, ਲੈ ਤੇਰਾ ਵੀ ਬੜਾ ਸਤਿਕਾਰ ਹੈ ਤੇ ਤੇਰੇ ਗੁਰੂ ਜੀ ਦੇ ਚਰਨਾਂ 'ਚ ਵੀ ਨਮਸਕਾਰ ਹੈ। ਆਪਾਂ ਵੀ ਕਰੀਏ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਤੇ ਤੂੰ ਛੇਤੀ ਤੋਂ ਛੇਤੀ ਇਹ ਸੋਨਾ ਗੁਰੂ ਜੀ ਦੇ ਕੋਲ ਪਹੁੰਚਾ ਦੇ ਜੀ। ਉਹਨੇ ਛੇਤੀ ਛੇਤੀ ਮਹਾਰਾਜ ਗਰੀਬ ਨਿਵਾਜ ਜੀ ਦਾ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਕੋਲ ਆਉਣਾ ਕੀਤਾ ਜੀ ਸਿੱਖ ਨੇ। ਅਤੇ ਸਤਿਗੁਰ ਨਿਕਟ ਆਨ ਅਰ ਪਾਇਓ, ਜਗਨਨਾਥ ਤੋਂ ਆਇਆ ਹੋਇਆ ਸੋਨਾ ਉਹਨੇ ਮਹਾਰਾਜ ਦੇ ਚਰਨਾਂ ਵਿੱਚ ਰੱਖਿਆ ਸੱਚੇ ਪਾਤਸ਼ਾਹ ਦੇ। ਹਾਂਜੀ, ਭਾਈ ਬਾਰਤਾ ਇਹਠਾਂ ਜੈਸੀ, ਤੇ ਮੇਵੜੇ ਨੇ ਉੱਥੇ ਦੱਸੀ ਗੱਲ ਸਾਰੀ ਮਹਾਰਾਜ ਨੂੰ, ਰਾਜੇ ਨੇ ਜੀ ਦੱਸੀ ਅਤੇ ਮੇਵੜੇ ਨੇ ਵੀ ਦੱਸਿਆ। ਮਹਾਰਾਜ ਪਹਿਲਾਂ ਤਾਂ ਉਹ ਸਮਝੇ ਨਹੀਂ ਗੱਲ ਨੂੰ, ਜਿਹੜਾ ਹੈੱਡ ਪੁਜਾਰੀ ਸੀ ਉਹ ਕਹਿੰਦਾ ਨਾ ਭਾਈ, ਮਹਾਰਾਜ ਰਾਤੀ ਰਾਜੇ ਨੂੰ ਅਪਾਖਿਆ ਹੋਈ ਹੈ ਜਗਨਨਾਥ ਦੀ, ਅਤੇ ਜਗਨਨਾਥ ਜੀ ਨੇ ਅਪਾਖਿਆ ਵਿੱਚ ਤੁਹਾਡੀ ਬੜੀ ਸਿਫਤ ਕੀਤੀ ਹੈ, ਅਤੇ ਰਾਜੇ ਨੇ ਪਰਖ ਕੇ ਵਧੀਆ ਸੋਨਾ ਤੁਹਾਡੇ ਵਾਸਤੇ ਭੇਜਿਆ। ਹਾਂਜੀ, ਹੇਮ ਲੇਨ ਕੀ ਬਰਨੀ ਤੈਸੇ, ਸੁਨ ਕਲਗੀ ਧਰ ਬਹੁ ਮੁਸਕਾਏ, ਪੁਰਸ਼ੋਤਮ ਕੀ ਮਹਿਮਾ ਗਾਏ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਮੁਸਕਰਾਉਣ ਲੱਗ ਪਏ ਗੱਜ ਕੇ ਆਖੋ। ਹੁਣ ਸਾਧ ਸੰਗਤ ਸਾਨੂੰ ਨਹੀਂ ਪਤਾ ਕੋਈ ਪੁਰਾਣਾ ਲੈਣਾ ਦੇਣਾ ਹੋਏਗਾ ਜੀ। ਹਾਂਜੀ, ਜਿਹੜਾ ਮਹਾਰਾਜ ਨੇ ਚੇਚਾ ਉਸ ਪਾਸੇ ਭੇਜਿਆ, ਮਹਾਰਾਜ ਤੇ ਕੰਧ ਨੂੰ ਦ੍ਰਿਸ਼ਟੀ ਪਾਉਣ ਤੇ ਕੰਧ ਵੈਸੇ ਸੋਨੇ ਦੀ ਬਣ ਜੇ ਜੀ, ਗੁਰੂ ਸਾਹਿਬ ਵਿੱਚ ਇੰਨੀ ਤਾਕਤ ਹੈ, ਤੇ ਚੇਚਾ ਕਿਲੋ ਸੋਨਾ ਲੈਣ ਵਾਸਤੇ ਕਿਤੇ ਭੇਜਣਾ ਸੀ ਬੰਦੇ ਨੂੰ ਜੀ, ਕੋਈ ਕਾਰਨ ਹੋਏਗਾ ਜੀ। ਹਾਂਜੀ, ਦੋਹੋਂ ਲੋਕ ਕੀ ਸਭ ਵਡਿਆਈ,
ਸ਼੍ਰੀ ਸਤਿਗੁਰ ਕੇ ਸੀਸ ਟਿਕਾਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹਦੇ ਵਿੱਚ ਵੀ ਕੋਈ ਕਾਰਨ ਹੈ, ਦੋਵਾਂ ਲੋਕਾਂ ਦੀ ਵਡਿਆਈ ਸ਼੍ਰੀ ਪਰਮੇਸ਼ਰ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੀਸ ਉੱਤੇ ਟਿਕਾ ਦਿੱਤੀ ਹੈ ਜੀ, ਦੋਵਾਂ ਲੋਕਾਂ ਦੀ ਵਡਿਆਈ। ਹਾਂਜੀ, ਦੇਸ਼ ਵਿਦੇਸ਼ਨ ਹੁਕਮ ਪਠਾਏ, ਸੁਣ ਸੁਣ ਜਿਨ ਮਾਨਿਓ ਹਰ ਖਾਏ। ਦੇਸ਼ਾਂ ਵਿਦੇਸ਼ਾਂ ਵਿੱਚ ਹੁਕਮਨਾਮੇ ਪਹੁੰਚ ਗਏ, ਬੜੀ ਵੱਡੀ ਗਿਣਤੀ ਵਿੱਚ ਵੱਡੀ ਮਾਤਰਾ ਵਿੱਚ ਸੋਨਾ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ। ਹਾਂਜੀ, ਕੁੰਦਨ ਮੋਲ ਲੀਨ ਪਰਖਾਏ, ਭੇਜਿਓ ਸਤਿਗੁਰ ਢਿੱਗ ਸੁਖ ਪਾਏ। ਤੇ ਹਰ ਕੋਈ ਬੜਾ ਸੁਖ ਪਾ ਰਿਹਾ, ਭਾਈ ਗੁਰੂ ਜੀ ਦੀ ਬੜੀ ਕਿਰਪਾ, ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਸਾਡੇ ਕੋਲ ਸੇਵਾ ਲਈ ਹੈ। ਗੁਰੂ ਘਰ ਦੀ ਸੇਵਾ 'ਚ ਜ਼ਰੂਰ ਹਿੱਸਾ ਪਾਉਣਾ ਚਾਹੀਦਾ ਬੰਦੇ ਨੂੰ, ਗੱਜ ਕੇ ਆਖੋ ਵਾਹਿਗੁਰੂ, ਹਿੱਸਾ ਪਾ ਕੇ ਆਪਣੇ ਧੰਨ ਭਾਗ ਸਮਝਣੇ ਚਾਹੀਦੇ ਹੈ, ਧੰਨ ਭਾਗ ਸਮਝਣੇ ਚਾਹੀਦੇ ਹੈ। ਹਾਂਜੀ, ਮਨੋ ਕਾਮਨਾ ਪੂਰਨ ਭਈ, ਸਭ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ। ਅਤੇ ਸੰਗਤ ਟੀ ਵੀ ਵੱਲੋਂ ਬੇਨਤੀ ਹੈ ਸੰਗਤ ਨੂੰ, ਕਾਰ ਸੇਵਾ ਵਾਲੇ ਗੁਰਮੁਖ ਪਿਆਰੇ ਬਾਬਾ ਕਸ਼ਮੀਰ ਸਿੰਘ ਜੀ ਉੱਥੇ ਪਹੁੰਚੇ ਹੈ, ਅਤੇ ਮੈਨੂੰ ਟੀ ਵੀ ਚੈਨਲ ਵਾਲਿਆਂ ਦਾ ਫੋਨ ਆਇਆ ਸੀਗਾ ਵੀ ਸੰਗਤ ਨੂੰ, ਇੰਗਲੈਂਡ ਦੀ ਸੰਗਤ ਨੂੰ ਬੇਨਤੀ ਕਰਨੀ ਹੈ, ਜਿਨ੍ਹਾਂ ਸੰਗਤਾਂ ਕੋਲ ਸਰਦਾ ਬਣਦਾ ਹੋਵੇ, ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਦੀ ਸੇਵਾ, ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਚੱਲ ਰਹੀ ਹੈ, ਸੰਗਤਾਂ ਜ਼ਰੂਰ ਹਿੱਸਾ ਪਾਉਣ। ਅਤੇ ਸਾਧ ਸੰਗਤ ਜੀ ਵੇਖੋ ਤੁਸੀਂ ਸੁਣ ਰਹੇ ਹੋ, ਹਿੱਸਾ ਪਾ ਕੇ ਸੰਗਤਾਂ ਧੰਨ ਭਾਗ ਸਮਝ ਰਹੀਆਂ ਜੀ, ਸਾਡੇ ਵੱਡੇ ਭਾਗ ਕੋਈ ਕਿਣਕਾ ਸਾਡੇ ਵੱਲੋਂ ਵੀ ਗੁਰੂ ਘਰ ਵਿੱਚ ਪਹੁੰਚਿਆ। ਹਾਂਜੀ, ਮੀਆਂ ਦੌਲਾ ਵਿੱਚ ਗੁਜਰਾਤ, ਗੁਜਰਾਤ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ ਜਿਹਦਾ ਨਾਮ ਹੈ ਮੀਆਂ ਦੌਲਾ। ਇਹ ਉਹੋ ਹੀ ਮੀਆਂ ਦੌਲਾ ਸਿੱਖ ਹੈ ਜਿਹੜਾ ਛੇਵੇਂ ਪਾਤਸ਼ਾਹ ਦੇ ਵੇਲੇ ਸੀਗਾ ਜੀ, ਗੱਜ ਕੇ ਆਖੋ ਵਾਹਿਗੁਰੂ। ਭਾਈ ਗੜੀਆ ਜੀ ਦਾ ਮੇਲ ਹੋਇਆ ਸੀਗਾ, ਭਾਈ ਗੜੀਆ ਜੀ ਨੇ ਜਪਜੀ ਸਾਹਿਬ ਬਾਰੇ ਦੱਸਿਆ ਸੀ ਇਹਨਾਂ ਨੂੰ। ਮੀਆਂ ਦੌਲਾ ਗੁਜਰਾਤ ਵਿੱਚ ਰਹਿੰਦਾ ਹੈ ਅਤੇ ਮੁਸਲਮਾਨ ਹੈ। ਹਾਂਜੀ, ਮਹਾਂ ਫਕੀਰ ਧੀਰ ਬਖਿਆਤ, ਫਕੀਰ ਹੈ ਜੀ, ਫਕੀਰ ਹੈ, ਬੜੇ ਧੀਰਜ ਵਾਲਾ ਹੈ। ਹਾਂਜੀ, ਆਰਬਲਾ ਬਾਪ ਬਿਤੇ ਵਿਸਾਲ, ਗੱਜ ਕੇ ਆਖੋ। ਅਤੇ ਇਹਦੀ ਆਰਬਲਾ ਬੜੀ ਵੱਡੀ ਹੋ ਗਈ ਛੇਵੇਂ ਪਾਤਸ਼ਾਹ ਦੇ ਵੇਲੇ ਦਾ ਹੀ, ਅਤੇ ਬਜ਼ੁਰਗ ਹੋ ਗਏ ਸਨ ਮੀਆਂ ਦੌਲਾ ਜੀ, ਕੀ ਨਾਮ ਹੈ ਮੀਆਂ ਦੌਲਾ ਜੀ। ਹਾਂਜੀ, ਸਰਬ ਸਿੱਧ ਧਰਤਾ ਸਭ ਕਾਲ, ਬੜੀਆਂ ਸ਼ਕਤੀਆਂ ਇਹਦੇ ਕੋਲ ਜੀ, ਬੜੀ ਤਾਕਤ ਹੈ ਮੀਆਂ ਦੌਲਾ ਜੀ ਦੇ ਕੋਲ। ਹਾਂਜੀ, ਜਬ ਗੁਜਰਾਤ ਹੁਕਮ ਗੁਰ ਗਇਓ, ਜਦੋਂ ਗੁਜਰਾਤ ਦੀ ਸੰਗਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਪਹੁੰਚਿਆ ਵੀ ਸੰਗਤਾਂ ਸੋਨਾ ਭੇਜਣ ਗੁਰੂ ਘਰ ਵਿੱਚ। ਹਾਂਜੀ, ਸਿੱਖ ਲੋਕਨ ਤੇ ਤਿੰਨ ਸੁਣ ਲਇਓ, ਗੱਜ ਕੇ ਆਖੋ ਵਾਹਿਗੁਰੂ। ਅੱਗੇ ਪਹਿਲਾਂ ਮੀਆਂ ਦੌਲਾ ਦੇ ਨਾਮ 'ਤੇ ਹੁਕਮਨਾਮਾ ਆਉਂਦਾ ਹੁੰਦਾ ਸੀਗਾ, ਇਸ ਵਾਰ ਮੀਆਂ ਦੌਲਾ ਦੇ ਨਾਮ 'ਤੇ ਹੁਕਮਨਾਮਾ ਨਹੀਂ ਆਇਆ। ਮੀਆਂ ਦੌਲਾ ਜੀ ਨੂੰ ਸਿੱਖਾਂ ਕੋਲੋਂ ਪਤਾ ਲੱਗਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਨਾ ਮੰਗਵਾਇਆ ਹੈ। ਹਾਂਜੀ, ਬਹੁਤ ਬਿਸੂਰਤ ਉਰਕੇ ਮਾਹੀ, ਮੀਆਂ ਦੌਲਾ ਜੀ ਬੜਾ ਝੂਰੇ, ਮੇਰੇ ਕੋਲ ਕਿਹੜੀ ਭੁੱਲ ਹੋ ਗਈ ਹੈ ਜਿਹੜਾ ਦਸਵੇਂ ਪਾਤਸ਼ਾਹ ਗਰੀਬ ਨਵਾਜ ਜੀ ਨੇ ਮੈਨੂੰ ਇਸ ਵਾਰ ਯਾਦ ਨਹੀਂ ਕੀਤਾ, ਗੱਜ ਕੇ ਆਖੋ ਵਾਹਿਗੁਰੂ। ਮੇਰੇ ਕੋਲ ਕਿਹੜੀ ਭੁੱਲ ਹੋ ਗਈ ਹੈ, ਮਹਾਰਾਜ ਨੇ ਮੈਨੂੰ ਇਸ ਵਾਰ ਹੁਕਮਨਾਮਾ ਨਹੀਂ ਭੇਜਿਆ, ਅੱਗੇ ਹਰ ਵਾਰ ਭੇਜਦੇ ਸਨ। ਹਾਂਜੀ, ਹਮ ਪਰ ਹੁਕਮ ਲਿਖਿਓ ਗੁਰ ਨਾਹੀ, ਮੈਨੂੰ ਮਹਾਰਾਜ ਨੇ ਹੁਕਮ ਹੀ ਨਹੀਂ ਕੀਤਾ ਇਸ ਵਾਰ, ਅੱਗੇ ਨਹੀਂ ਤੇ ਮੀਆਂ ਦੌਲਾ ਜੀ ਨੂੰ ਉਚੇਚਾ ਲਿਖ ਕੇ ਭੇਜਣਾ, ਇਸ ਵਾਰ ਮੈਨੂੰ ਮਹਾਰਾਜ ਨੇ ਹੁਕਮ ਹੀ ਨਹੀਂ ਕੀਤਾ ਸੱਚੇ ਪਾਤਸ਼ਾਹ ਨੇ। ਹਾਂਜੀ, ਤਨ ਮਨ ਤੇ ਮੈਂ ਹਾਂ ਸਿੱਖ ਗੁਰ ਕੋ, ਗੱਜ ਕੇ ਆਖੋ। ਵੇਖ ਲਓ ਹੈ ਮੁਸਲਮਾਨ 'ਚ ਪਰ ਉਹਦੇ ਅੰਦਰ ਦੀ ਭਾਵਨਾ ਵੇਖ ਲਓ, ਮੈਂ ਤਾਂ ਤਨੋਂ ਵੀ ਗੁਰੂ ਦਾ ਸਿੱਖ ਹੈ ਅਤੇ ਮਨੋਂ ਵੀ ਗੁਰੂ ਦਾ ਸਿੱਖ ਹੈ, ਅਤੇ ਮੈਨੂੰ ਕਿਉਂ ਨਹੀਂ ਮਹਾਰਾਜ ਨੇ ਕਿਹਾ ਵੀ ਤੂੰ ਵੀ ਸੋਨਾ ਭੇਜ, ਕੋਈ ਹੁਕਮਨਾਮਾ ਨਹੀਂ ਲਿਖਿਆ। ਹਾਂਜੀ, ਨਹੀਂ ਅਪਰ ਆਸ਼ਾ ਮਮ ਉਰਕੋ, ਮੇਰੇ ਅੰਦਰ ਤੇ ਕੋਈ ਕਾਮਨਾ ਵੀ ਨਹੀਂ ਹੈਗੀ ਜੀ। ਕਈਆਂ ਦਾ ਸੋਨਾ ਚੜ੍ਹਾਉਣ ਪਿੱਛੇ ਕਾਮਨਾ ਹੋਏਗੀ ਮਹਾਰਾਜ ਫਲਾਣਾ ਕੰਮ ਬਣ ਜੇ, ਅਤੇ ਮੇਰੇ ਅੰਦਰ ਤੇ ਕਾਮਨਾ ਵੀ ਕੋਈ ਨਹੀਂ ਹੈਗੀ, ਸਾਰਾ ਕੁਝ ਗੁਰੂ ਜੀ ਨੇ ਵੈਸੇ ਦਿੱਤਾ। ਹਾਂਜੀ, ਬਹੁਤ ਵਿਚਾਰਤ ਉਰ ਪਛਤਾਇਓ, ਬੜਾ ਉਹਨੇ ਵਿਚਾਰ ਕੀਤੀ ਅਤੇ ਬੜਾ ਹਿਰਦੇ ਵਿੱਚ ਝੂਰੇ ਵੀ ਮੈਨੂੰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਉਂ ਨਹੀਂ ਸੱਦਾ ਦਿੱਤਾ। ਹਾਂਜੀ, ਸੌ ਤੋਲਾ ਕੁੰਦਨ ਸ਼ੁਭ ਲਿਆਇਓ, ਗੱਜ ਕੇ ਆਖੋ। ਰਾਜਾ ਤੇ ਇੱਕ ਪਾਸੇ ਰਿਹਾ ਅਤੇ ਜਗਨਨਾਥ ਜੀ ਦੀ ਮਹਿਮਾ ਇੱਕ ਪਾਸੇ ਰਹੀ। ਇਹ ਗੁਰੂ ਜੀ ਦੇ ਫਕੀਰ ਸਿੱਖ ਬਾਰੇ ਸੁਣੋ, ਕਿਲੋ ਸੋਨਾ ਫਿਰ ਉਹਨੇ ਇਕੱਠਾ ਕੀਤਾ ਜੀ,
ਸੌ ਤੋਲਾ ਸੋਨਾ ਸ਼ੁੱਧ ਉਹਨੇ ਵੀ ਮੰਗਵਾਇਆ ਜੀ ਮੀਆਂ ਦੌਲਾ ਨੇ। ਹਾਂਜੀ ਸ਼੍ਰੀ ਸਤਿਗੁਰ ਹਧੂਰ ਪਠਾਇਓ ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੇ ਵੱਲੋਂ 100 ਤੋਲਾ ਸੋਨਾ ਫਿਰ ਉਹਨਾਂ ਨੇ ਭੇਜਿਆ ਜੀ। ਹਾਂਜੀ ਬੇਨਤੀ ਲਿਖੀ ਨਾ ਮੈਂ ਚਿਤ ਆਇਓ ਰੱਜ ਕੇ ਆਖੋ ਤੇ ਬੇਨਤੀ ਲਿਖੀ ਮਹਾਰਾਜ ਨੂੰ, ਮਹਾਰਾਜ ਮੇਰਾ ਚੇਤਾ ਹੀ ਭੁਲਾ ਦਿੱਤਾ ਸੱਚੇ ਪਾਤਸ਼ਾਹ, ਮਹਾਰਾਜ ਮੇਰਾ ਇਸ ਵਾਰ ਆਪ ਜੀ ਨੂੰ ਚੇਤਾ ਹੀ ਨਹੀਂ ਆਇਆ ਸੱਚੇ ਪਾਤਸ਼ਾਹ। ਹਾਂਜੀ ਨਿਸ ਬਾਸੁਰ ਮੈਂ ਸਿਮਰੋ ਨਾਮ, ਮਹਾਰਾਜ ਮੈਂ ਤੇ ਦਿਨ ਰਾਤ ਤੁਹਾਨੂੰ ਹੀ ਚੇਤਾ ਕਰਦਾ ਰਹਿੰਦਾ ਹੈ, ਮਹਾਰਾਜ ਦਿਨ ਰਾਤ ਆਪ ਜੀ ਦਾ ਨਾਮ ਹੀ ਰੱਟਦਾ ਰਹਿੰਦਾ ਹੈ। ਹਾਂਜੀ ਸਦਨ ਜੋ ਤੁਮਕੋ ਸਦਾ ਗੁਲਾਮ, ਮਹਾਰਾਜ ਮੈਨੂੰ ਨਾ ਬਸਾਰੋ, ਮਹਾਰਾਜ ਮੈਂ ਤੇ ਤੁਹਾਡੇ ਘਰ ਦਾ ਗੁਲਾਮ ਹਾਂ। ਗੱਜ ਕੇ ਆਖੋ ਵਾਹਿਗੁਰੂ, ਮੋਹੇ ਨਾ ਬਿਸਾਰੋ, ਮੈਂ ਜਨ ਤੇਰਾ ਤੇਰਾ। ਚਿੱਠੀ ਚ ਉਹਨੇ ਲਿਖਿਆ ਮੋਹੇ ਨਾ ਬਿਸਾਰੋ ਮੈਂ ਜਨ ਤੇਰਾ, 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 ਮੋਹੇ ਨਾ ਮੈਂ ਜਨ ਤੇਰਾ, ਮੋਹੇ ਨਾ ਬਿਸਾਰੋ ਮੈਂ ਜਨ ਤੇਰਾ। ਮਹਾਰਾਜ ਸੱਚੇ ਪਾਤਸ਼ਾਹ ਮੇਰਾ ਚੇਤਾ ਹੀ ਭੁਲਾਤਾ, ਮਹਾਰਾਜ ਮੈਂ ਤੇ ਤੁਹਾਡੇ ਚਰਨਾਂ ਦਾ ਗੁਲਾਮ ਹਾਂ। ਇਹ ਮੁਸਲਮਾਨ ਫਕੀਰ ਨੇ ਚਿੱਠੀ ਲਿਖ ਕੇ ਸੱਚੇ ਪਾਤਸ਼ਾਹ ਨੂੰ ਭੇਜੀ ਮੀਆਂ ਦੌਲਾ ਜੀ ਨੇ। ਸੇਵਾ ਸਮੇਂ ਮੋਹੇ ਚਿਤ ਕਰੀਏ, ਮਹਾਰਾਜ ਸੇਵਾ ਸਮੇਂ ਮੈਨੂੰ ਵੀ ਯਾਦ ਕਰਿਆ ਕਰੋ ਸੱਚੇ ਪਾਤਸ਼ਾਹ। ਹਾਂਜੀ ਆਪਣੋ ਦਾਸ ਦਾਸ ਵਿਚਰੀਏ, ਮਹਾਰਾਜ ਮੈਨੂੰ ਆਪਣਾ ਦਾਸ ਨਹੀਂ ਆਪਣੇ ਦਾਸਾਂ ਦਾ ਦਾਸ ਜਾਣਿਓ ਸੱਚੇ ਪਾਤਸ਼ਾਹ। ਤਿਸਕੋ ਕੁੰਦਨ ਲੇ ਪਠ ਅਰਜ਼ੀ, ਉਹਦਾ ਭੇਜਿਆ ਹੋਇਆ ਸੋਨਾ ਤੇ ਉਹਦੀ ਭੇਜੀ ਹੋਈ ਚਿੱਠੀ ਗੁਰੂ ਦੇ ਹਜ਼ੂਰ ਪਹੁੰਚੀ ਜੀ। ਹਾਂਜੀ ਭਏ ਪ੍ਰਸੰਨ ਅਧਿਕ ਔਰ ਗੁਰੂ ਜੀ, ਤੇ ਬੜੇ ਪ੍ਰਸੰਨ ਹੋਏ ਮਹਾਰਾਜ, ਬੜੇ ਪ੍ਰਸੰਨ ਹੋਏ। ਆਪਣਿਆਂ ਨੂੰ ਥੋੜ੍ਹੀ ਚਿੱਠੀਆਂ ਲਿਖਣੀਆਂ ਪੈਂਦੀਆਂ ਜੀ, ਆਪਣੇ ਆ ਹੀ ਜਾਂਦੇ ਆ। ਗੱਜ ਕੇ ਆਖੋ ਵਾਹਿਗੁਰੂ। ਹੈਂ ਆ ਵੇਖੀ ਦਾ ਜਿਹੜੇ ਆਪਣੇ ਨਹੀਂ ਨਾ ਜੀ ਹੁੰਦੇ ਜੀ, ਉਹ ਫਿਰ ਐਕਤਾਂ ਦੀਆਂ ਗੱਲਾਂ ਕਰਦੇ ਜੀ, ਅਤੇ ਜਿਹੜੇ ਆਪਣੇ ਆਪ ਨੂੰ ਦਾਸ ਸਮਝਦੇ ਆ ਆਪਣਾ ਸਮਝਦੇ ਆ, ਉਹ ਫਿਰ ਆ ਹੀ ਜਾਂਦੇ ਆ। ਗੱਜ ਕੇ ਆਖੋ। ਹਾਂਜੀ ਬੰਦਾ ਬੈਠਾ ਰਵੇ ਵੀ ਮੈਨੂੰ ਤਾਂ ਭਾਈ ਸੱਦਾ ਆਇਆ ਹੀ ਨਹੀਂ, ਭਾਈ ਗੁਰੂ ਘਰ ਕੀ ਸੱਦੇ ਦੀ ਲੋੜ ਹੈ। ਚਲੋ ਮੀਆਂ ਦੌਲਾ ਜੀ ਤਾਂ ਦੂਰ ਹੈ, ਉਹਨਾਂ ਨੂੰ ਸੇਵਾ ਦਾ ਪਤਾ ਨਹੀਂ ਲੱਗਾ, ਉਹਨਾਂ ਦੀ ਗੱਲ ਨਹੀਂ ਕਰਨ ਆ। ਕਈ ਵਾਰੀ ਆਪਾਂ ਇਹ ਗੱਲ ਕਹਿ ਪੈਂਦੇ ਹਾਂ ਜੀ ਮੈਨੂੰ ਸੱਦਾ ਨਹੀਂ ਆਇਆ, ਪਤਾ ਹੁੰਦਾ ਸਾਰਾ ਜੀ, ਪਤਾ ਸਾਰੀ ਗੱਲ ਦਾ ਹੁੰਦਾ, ਪਰ ਬੰਦਾ ਕਹਿ ਦਿੰਦਾ ਮੈਨੂੰ ਸੱਦਾ ਨਹੀਂ ਆਇਆ। ਸਾਧ ਸੰਗਤ ਗੁਰੂ ਦੇ ਦਰ 'ਤੇ ਸੱਦਿਆਂ ਉੱਤੇ ਨਹੀਂ ਆਉਣਾ, ਗੁਰੂ ਦੇ ਦਰ 'ਤੇ ਆਪਣੀ ਲੋੜ ਲਈ ਆਉਣਾ ਹੈ, ਆਪਾਂ ਆਪਣੀ ਲੋੜ ਲਈ ਆਉਣਾ ਹੈ। ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ, ਆਹ ਮਹਾਰਾਜ ਕਹਿੰਦੇ ਇਹ ਤਾਂ ਹੈ ਨਾ ਆਪਣਾਪਨ ਹੈ, ਆਪੇ ਹੀ ਭੇਜ ਦਿੱਤਾ ਉਹਨਾਂ ਨੇ, ਅਤੇ ਸਾਧ ਸੰਗਤ ਜੀ ਆਪਣੇ ਆ ਹੀ ਜਾਂਦੇ ਆ ਨਾ, ਫਿਰ ਆਪਣੇ ਆ ਜਾਂਦੇ ਹੈ। ਕੋਈ ਪ੍ਰੇਮੀ ਸੀਗਾ ਜੀ ਗੁਰਮੁਖ ਪਿਆਰਾ, ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, ਉਹਨਾਂ ਦਾ ਬੜਾ ਪਿਆਰ ਸੀਗਾ ਉਸ ਪ੍ਰੇਮੀ ਨਾਲ, ਬੜਾ ਪਿਆਰ ਜੀ ਉਸ ਪ੍ਰੇਮੀ ਨਾਲ ਗੁਰਮੁਖ ਨਾਲ, ਅਤੇ ਉਹਨਾਂ ਦਿਨਾਂ 'ਚ ਬਾਬਾ ਜੀ ਸਾਧ ਸੰਗਤ ਸਾਈਕਲ 'ਤੇ ਹੁੰਦੇ ਸੀਗੇ, ਫੜਿਆ ਸਾਈਕਲ ਤੋਂ ਉਹਦੇ ਘਰ ਆ ਗਏ, ਅਤੇ ਉਹ ਸਿੰਘ ਅੱਬਲ ਉਸੇ ਵੇਲੇ ਉੱਠਿਆ, ਬੜਾ ਸਤਿਕਾਰ ਕੀਤਾ ਉਸ ਸਿੰਘ ਨੇ ਵੀ, ਅਤੇ ਸਾਧ ਸੰਗਤ ਸਤਿਕਾਰ ਨਾਲ ਹੱਥ ਜੋੜ ਕੇ ਆਖਿਆ ਮਹਾਂਪੁਰਖੋ ਜੇ ਤੁਸੀਂ ਆਉਣਾ ਸੀ ਤਾਂ ਮੈਨੂੰ ਦੱਸ ਦਿੰਦੇ ਪਹਿਲਾਂ। ਉਹ ਬਾਬਾ ਜੀ ਦਾ ਸੁਭਾਅ ਹੀ ਹੱਥ 'ਚ ਖੁੰਡਾ ਹੁੰਦਾ ਸੀਗਾ ਜੀ, ਖੁੰਡਾ ਮਾਰਦੇ ਹੁੰਦੇ ਸੀ ਧਰਤੀ 'ਤੇ, ਅਤੇ ਨਾਲੇ ਕਹਿਣਾ ਧੰਨ ਗੁਰੂ ਨਾਨਕ, ਨਾਲੇ ਖੁੰਡਾ ਖੜਕਾ ਦੇਣਾ ਜੀ, ਨਾ ਜਾਂ ਸਤਨਾਮ ਵਾਹਿਗੁਰੂ ਬੋਲਣਾ, ਖੁੰਡਾ ਖੜਕਾਉਣਾ। ਉਹ ਕਹਿੰਦਾ ਮਹਾਂਪੁਰਖੋ ਤੁਸੀਂ ਸਾਨੂੰ ਦੱਸਦੇ, ਅਸੀਂ ਸਤਿਕਾਰ ਕਰਦੇ ਤਿਆਰੀ ਕਰਦੇ ਅੱਗੋਂ ਲੈਣ ਆਉਂਦੇ ਆਪ ਜੀ ਨੂੰ, ਅਤੇ ਉਹ ਬਾਬਾ ਜੀ ਕਹਿੰਦੇ ਭਾਈ ਆਪਣੇ ਘਰ ਦੱਸ ਕੇ ਥੋੜ੍ਹੀ ਆਈਦਾ ਹੁੰਦਾ,
ਆਪਣੇ ਘਰ ਤੇ ਆ ਹੀ ਜਾਈਦਾ ਹੈ। ਹੱਜ ਕੇ ਆਖੋ, ਆਪਣੇ ਘਰ ਤੇ ਆ ਹੀ ਜਾਈਦਾ ਹੈ। ਕਹਿੰਦੇ ਮੈਂ ਬੜਾ ਸ਼ੁਕਰ ਮਨਾਇਆ ਵੀ ਮਹਾਂਪੁਰਖਾਂ ਨੇ ਇਸ ਗਰੀਬ ਖਾਨੇ ਨੂੰ ਆਪਣਾ ਘਰ ਆਖਿਆ। ਮਹਾਰਾਜ ਨੇ ਵੇਖਿਆ ਵੀ ਇਹ ਤੇ ਹੋਈ ਨਾ ਗੱਲ, ਆਪੇ ਹੀ ਸੋਨਾ ਭੇਜਦਾ। ਹੁਕਮ ਪਹੁੰਚਿਆ ਤਾਂ ਵੀ ਠੀਕ ਹੈ, ਨਹੀਂ ਪਹੁੰਚਿਆ ਤਾਂ ਵੀ। ਉੱਤੋਂ ਬੇਨਤੀ ਲਿਖ ਕੇ ਭੇਜੀ, ਮਹਾਰਾਜ ਮੇਰਾ ਗਰੀਬ ਦਾ ਚੇਤਾ ਨਾ ਭੁਲਾਇਓ। ਨਿਮਰਤਾ ਸਹਿਤ ਬੇਨਤੀ ਵੀ ਕਰਨੀ ਹੁੰਦੀ ਹੈ। ਮਹਾਰਾਜ ਭਏ ਪ੍ਰਸੰਨ ਅਧਿਕ ਔਰ ਗੁਰੂ ਜੀ, ਸੱਚੇ ਪਾਤਸ਼ਾਹ ਹਿਰਦੇ 'ਚ ਬਹੁਤ ਪ੍ਰਸੰਨ ਹੋਏ ਜੀ, ਮੀਆਂ ਦੌਲਾ ਜੀ ਦੀ ਇਹ ਗੱਲ ਵੇਖ ਕੇ। ਹਾਂਜੀ, ਦੌਲਾ ਸ਼ਾਹ ਸੋ ਮੌਲਾ ਪਿਆਰੋ। ਮਹਾਰਾਜ ਕਹਿੰਦੇ ਦੌਲਾ ਸ਼ਾਹ ਮੌਲਾ ਦਾ ਪਿਆਰਾ ਹੈ। ਗੱਜ ਕੇ ਆਖੋ ਵਾਹਿਗੁਰੂ, ਇਹ ਰੱਬ ਦਾ ਪਿਆਰਾ ਹੈ, ਰੱਬ ਦਾ ਦੌਲਾ ਸ਼ਾਹ ਫਕੀਰ ਮੀਆਂ ਦੌਲਾ ਜੀ। ਹਾਂਜੀ, ਪਰ ਉਪਕਾਰ ਸਦਾ ਉਰ ਧਾਰੋ, ਪਰ ਉਪਕਾਰ ਹਿਰਦੇ ਵਿੱਚ। ਹਾਂਜੀ, ਸਭ ਜੀਵਨ ਕੇ ਹਿਤ ਕੋ ਕਰਤਾ, ਦੇਖ ਦੁਖੀਅਨ ਦਇਆ ਦਿਲ ਧਰਤਾ। ਆਪੇ ਹੀ ਵੇਖੋ ਭੇਜ ਦਿੱਤਾ, ਆਪੇ ਹੀ ਭੇਜ ਦਿੱਤਾ। ਉੱਥੇ ਗੁਜਰਾਤ ਵਿੱਚ ਵੀ ਬੜੇ ਭਲਾਈ ਦੇ ਕੰਮ ਕਰਦੇ ਆ, ਆਪੇ ਹੀ ਭੇਜ ਦਿੱਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ। ਇਸ ਤਰੀਕੇ ਨਾਲ ਬੜੇ ਬੜੇ ਗੁਰੂ ਦੇ ਪਿਆਰੇ ਮਹਾਰਾਜ ਦੀਆਂ ਖੁਸ਼ੀਆਂ ਲੈਂਦੇ ਜੀ। ਹਾਂਜੀ, ਐਂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਬੜੀ ਪ੍ਰਸੰਨਤਾ ਲੈ ਲੈਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਜਿੱਥੇ ਆਪ ਸੰਗ ਸਭ ਸੰਗਤਾਂ ਆਏ ਹੋ, ਉੱਥੇ ਮਾਤਾ ਗੁਰਜੀਤ ਕੌਰ ਜੀ ਸਪੇਨ ਨਿਵਾਸੀ ਉਹ ਵੀ ਆਏ ਆ ਜੀ, ਨਾਲ ਉਹਨਾਂ ਦੇ ਪਰਿਵਾਰ ਹਰਬੀਰ ਸਿੰਘ ਜੀ, ਪਵਨਪ੍ਰੀਤ ਸਿੰਘ ਜੀ, ਸੰਦੀਪ ਸਿੰਘ ਜੀ, ਰਾਜਪ੍ਰੀਤ ਕੌਰ, ਸੰਦੀਪ ਕੌਰ, ਇਹ ਸਾਰੇ ਆਏ ਆ। ਅਤੇ ਨਾਲ ਨਿੱਕੀ ਜੀ ਇੱਕ ਬੱਚੀ ਆਈ ਹੈ ਜੀ। ਹਾਂਜੀ, ਅਤੇ ਪਰੀਲੀਨ ਕੌਰ ਉਹਦਾ ਨਾਂ ਇਹਨਾਂ ਦੱਸਿਆ ਮੈਨੂੰ ਜੀ, ਅਤੇ ਮੈਨੂੰ ਦੱਸਣ ਦੇ 1.5 ਸਾਲ ਦੀ ਆ ਬੱਚੀ। ਅਤੇ ਦੂਜਿਆਂ ਨੂੰ ਵਾਹਿਗੁਰੂ ਜੀ ਦੇ ਨਾਮ ਨਾਲ ਜੋੜੋ, ਗੁਰੂ ਜੀ ਦੇ ਨਾਲ ਜੋੜੋ, ਇਹ ਬੜੇ ਭਲੇ ਦਾ ਕੰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ 2 ਕੁ ਮਿੰਟ ਪ੍ਰੇਮ ਨਾਲ ਕਹਿ ਦਈਏ, ਫਿਰ ਖਿਮਾ ਮੰਗੀਏ। ਵਾਹਿਗੁਰੂ ਜਪ, ਵਾਹਿਗੁਰੂ ਗੱਜ ਕੇ, ਵਾਹਿਗੁਰੂ ਜਪ, ਵਾਹਿਗੁਰੂ ਜਪ, ਵਾਹਿਗੁਰੂ ਜਪ, ਜਪ, ਵਾਹੇ ਵਾਹੇ ਗੁਰੂ। ਸਮਾਂ ਵੱਧ ਹੋ ਰਿਹਾ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ। ਅਤੇ ਸਾਧ ਸੰਗਤ, 7 ਤਰੀਕ ਨੂੰ ਗੁਰੂ 8ਵੇਂ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਗੱਜ ਕੇ ਆਖੋ ਸਾਰੇ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਆ ਰਿਹਾ, ਮਨ ਵਿੱਚ ਹੁਣੇ ਤਿਆਰੀਆਂ ਆਰੰਭ ਕਰਨੀਆਂ ਸ਼ੁਰੂ ਕਰ ਦਿਓ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਮਿਹਰ ਹੈ, ਸਭ ਕਥਾ ਇਹ ਗੁੰਗਿਆਂ ਕੋ ਕਥਾ 8ਵੇਂ ਪਾਤਸ਼ਾਹ ਹੀ ਕਰਾਉਂਦੇ ਹੈ ਜੀ। ਹਾਂਜੀ, ਮਹਾਰਾਜ ਜੀ ਦਾ ਗੁਰਪੁਰਬ ਆਪਾਂ ਸਾਰੇ ਪ੍ਰੇਮ ਨਾਲ ਰਲ ਕੇ ਮਨਾਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।